ਹਾਂਜੀ ਡੀਅਰ ਸਟੂਡੈਂਟਸ ਨਮਸਕਾਰ ਅੱਜ ਆਸੀ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ ਜਿਹੜਾ ਕਿ 2016 ਵਿੱਚ ਹੋਇਆ ਸੀ ਉਸਦੇ ਫਰਸਟ ਪੇਪਰ ਦਾ ਮੈਥ ਦਾ ਕੰਪਲੀਟ ਸੋਲੂਸ਼ਨ ਹੈ ਜਿਹੜਾ ਕਰਨ ਜਾ ਰਹੇ ਹਾਂ ਆਓ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਜੋ ਕੁਐਸਚਨ ਆਂਦਾ ਹੈ ਆਪਣਾ 2016 ਦੇ ਕੁਐਸਚਨ ਪੇਪਰ ਦਾ ਉਹਦੇ ਵਿੱਚ ਕੀ ਆਂਦਾ ਹੈ ਕਹਿੰਦਾ ਨਮਰਤਾ ਐਂਡ ਰਾਵੀਆ ਹੈਡ ਸਮ ਕਨਵਰਸ਼ਨ ਥਰੋ ਮੈਸੇਜਸ ਨਮਰਤਾ ਹੈ ਸੈਂਟ ਐਂ ਮੈਸੇਜਸ ਇਨ 1 ਆਵਰ and avia has sent our messages in equal amount of time which of the following represents the total amount of the messages sent in 3 hours ki keh gaya number ta te rabia vich message dwara kuj gall baat jadi hodi hai number ta ne n message ik ghante vich bheje ne te rabia ne vi onne hi message jad ke our messages ne onne hi samay ch bheje ne ta dasso 3 ghante vich message de kul number nu ਕਿਹੜਾ ਨੰਬਰ ਹੈ ਜਿਹੜਾ ਪੇਸ਼ ਕਰੂਗਾ ਵੀ 3 ਘੰਟਿਆਂ ਵਿੱਚ ਉਹਨਾਂ ਨੇ ਕਿੰਨੇ ਮੈਸੇਜ ਨੇ ਜਿਹੜੇ ਸੈਂਡ ਕਰੇ ਨੇ ਹੁਣ ਜੇ ਆਪਾਂ ਗੱਲ ਕਰਦੀਏ ਨਮਰਤਾ ਦੀ ਇਸ ਦੀ ਨਮਰਤਾ ਦੀ ਨਮਰਤਾ ਨੇ 1 ਘੰਟੇ ਵਿੱਚ ਕਿੰਨੇ ਮੈਸੇਜ ਭੇਜੇ ਨੇ ਤਾਂ ਆਪਾਂ ਕਹਨੇ ਆ ਐਨ ਮੈਸੇਜ ਜਿਵੇਂ ਕਹਾਂ ਨਮਰਤਾ ਨੇ 3 ਘੰਟੇ ਵਿੱਚ ਕਿੰਨੇ ਮੈਸੇਜ ਭੇਜੇ ਨੇ ਤਾਂ ਕਿੰਨਾ ਬਣਿਆ 10 ਨੇ ਇਹ ਸੀ ਤਨਹੀਂ ਜੇ ਹੁਣ ਆਪਾਂ ਰਾਵੀਏ ਦੀ ਗੱਲ ਕਰੀਏ ਰਾਵੀਏ ਨੇ 1 ਘੰਟੇ ਵਿੱਚ ਕਿੰਨੇ ਮੈਸੇਜ ਭੇਜੇ ਨੇ ਆਰ ਮੈਸੇਜ ਤਾਂ ਰਵੀ ਨੇ 3 ਘੰਟੇ ਵਿੱਚ ਕਿੰਨੇ ਮੈਸੇਜ ਭੇਜੇ ਨੇ ਤਾਂ ਕਿਵੇਂ ਹੋਏ 3 ਤਾਂ ਹੁਣ ਜੇ ਆਪਾਂ ਗੱਲ ਕਰੀਏ ਵੀ ਟੋਟਲ 3 ਘੰਟੇ ਵਿੱਚ ਕਿੰਨੇ ਮੈਸੇਜ ਭੇਜੇ ਗਏ ਨੇ ਤਾਂ ਪਹਿਨ ਦੋਨਾਂ ਨੂੰ ਕੀ ਕਰਾਂਗੇ ਜੋੜ ਦਾਂਗੇ 3n 3 3 ਕੀ ਆ ਗਿਆ ਕਾਮਨ ਪਿੱਛੇ ਕੀ ਬਚ ਗਿਆ n r ਤਾਂ ਆਪਸ਼ਨ ਕਿਹੜੀ ਬਚੀ ਆਪਣੇ ਕੋਲੇ ਸੀ ਜੋ ਹੈ ਇੱਥੇ ਰਾਈਟ ਆਂਸਰ ਸਾਡਾ ਹੋਵੇਗਾ ਹਾਂਜੀ ਨੈਕਸਟ 92 ਇੱਥੇ ਕੀ ਜਾਂਦਾ ਹੈ ਕਹਿੰਦਾ ਸੋਨੀਆ ਮੇਡ ਟੂ ਕਨਸੈਂਟ੍ਰਿਕ ਸਰਕਲਸ ਵਿਦ ਟੂ ਪੀਸ ਆਫ ਰੋਪ ਦ ਡਿਸਟੈਂਸ ਬੀਟਵੀਨ ਟੂ ਸਰਕਲ ਇਜ਼ r ਸਰਕਲ ਇਜ਼ 6 ਸੈਂਟੀਮੀਟਰ ਵਾਟ ਇਜ਼ ਦ ਡਿਫਰੈਂਸ ਬੀਟਵੀਨ ਦ ਲੈਂਥ ਆਫ ਟੂ ਰੋਪਸ ਯੂਜ਼ ਟੂ ਮੇਕ ਅ ਸਰਕਲ ਕੀ ਕਹਿ ਗਿਆ ਸੋਨੀਆ ਨੇ ਦੋ ਸਮਕੇਂਦਰੀ ਗੋਲਾ ਦੋ ਰੱਸੀਆਂ ਦੇ ਟੁਕੜੇ ਨਾਲ ਬਣਾਏ ਇਸ ਤਰ੍ਹਾਂ ਦੇ ਦੋ ਸਰਕਲ ਨੇ ਜਿਹੜੇ ਬਣਾਏ ਗਏ ਨੇ ਜਿਨ੍ਹਾਂ ਦਾ ਕੇਂਦਰ ਕੀ ਹੈ ਸੇਮ ਹੈ ਦੋਨਾਂ ਗੋਲਿਆਂ ਦੇ ਵਿੱਚ ਦੂਰੀ ਕਿੰਨੀ ਆ 6 ਸੈਂਟੀਮੀਟਰ ਇਹਨਾਂ ਦੋਨਾਂ ਗੋਲਿਆਂ ਦੇ ਵਿੱਚ ਦੂਰੀ ਕਿੰਨੀ ਆ 6 ਸੈਂਟੀਮੀਟਰ ਜਿੰਨਾ ਰੱਸੀ ਨਾਲ ਇਹ ਗੋਲੇ ਬਣਾਏ ਗਏ ਨੇ ਉਹਨਾਂ ਦੋਹਾਂ ਦੀ ਲੰਬਾਈ ਵਿੱਚ ਕੀ ਅੰਤਰ ਹੋਵੇਗਾ ਹੁਣ ਆਪਾਂ ਨੇ ਇਹ ਦੇਖਣਾ ਹੈ ਵੀ ਜਿਹੜਾ ਇਹਨਾਂ ਦਾ ਸਰਕਮਫਰੈਂਸ ਹੈ ਘੇਰਾ ਹੈ ਉਹ ਕਿੰਨਾ ਹੋਊਗਾ ਉਹਨਾਂ ਵਿੱਚ ਕਿੰਨਾ ਡਿਫਰੈਂਸ ਹੈ ਜਿਹੜਾ ਇਹਦੇ ਵਿੱਚ ਹੋਣਾ ਹੈਗਾ ਆਪਾਂ ਇੱਥੇ ਪੈਨ ਨੂੰ ਚੇਂਜ ਕਰਦੇ ਆ ਤਾਂ ਕਿ ਤੁਹਾਡਾ ਡਾਊਟ ਆ ਮਤਲਬ ਕਿ ਫਰਕ ਦਿਖੇ ਸਾਨੂੰ ਮੰਨ ਲਓ ਤਾਂ ਇੱਥੇ ਤੋਂ ਲੈ ਕੇ ਇੱਥੇ ਤੱਕ ਜਿਹੜਾ ਸਾਡੇ ਕੋਲੇ ਅਰਧ ਵਿਆਸ ਹੈ ਉਹ ਆਪਾਂ ਮੰਨ ਲੈਨੇ ਆ r ਹੁਣ ਦੇਖੋ ਸਾਡੇ ਕੋਲੇ ਦੋ ਸਰਕਲ ਬਣੇ ਨੇ ਇਹ ਹੋਇਆ ਪਹਿਲਾ ਸਰਕਲ ਇਹ ਹੋਇਆ ਸਾਡੇ ਕੋਲੇ ਦੂਸਰਾ ਸਰਕਲ ਜਿਵੇਂ ਇੱਕ ਕਹਾ ਵੀ ਜਿਹੜਾ ਰੇਡੀਅਸ ਹੈ ਪਹਿਲੇ ਸਰਕਲ ਦਾ ਇਨਰ ਰੇਡੀਅਸ ਜਿਹੜਾ ਪਹਿਲਾ ਪਹਿਲੇ ਕਿਹਨੂੰ ਦਿੱਤਾ ਆਪਾਂ ਨੇ ਅੰਦਰਲੇ ਸਰਕਲ ਨੂੰ ਇਨਰ ਰੇਡੀਅਸ ਤਾਂ ਇਨਰ ਰੇਡੀਅਸ ਨੂੰ ਆਪਾਂ ਕਿੰਨਾ ਮੰਨ ਲਿਆ r ਤੇ ਜਿਹੜਾ ਦੂਸਰਾ ਹੈ ਉਹ ਹੈਗਾ ਆਪਣੇ ਕੋਲੇ ਬਾਹਰਲਾ ਸਰਕਲ ਜਿਹਨੂੰ ਜਿਸ ਦਾ ਰੇਡੀਅਸ ਆਪਾਂ ਲੈ ਲੈਨੇ ਆ ਆウター ਰੇਡੀਅਸ ਤਾਂ ਆウター ਰੇਡੀਅਸ ਕਿੰਨਾ ਹੋਇਆ ਜਿੰਨਾ ਅੰਦਰ ਦਾ ਰੇਡੀਅਸ ਹੈਗਾ ਹੀ ਹੈਗਾ ਪਹਿਲੇ ਸਰਕਲ ਦਾ 6 ਸੈਂਟੀਮੀਟਰ ਰਹਿਣਾ ਵਿੱਚ ਡਿਫਰੈਂਸ ਸੀਗਾ ਉਹਨੂੰ ਆਪਾਂ ਐਡ ਕਰ ਲਾਂਗੇ ਤਾਂ ਇਹ ਆウター ਰੇਡੀਅਸ ਹੋ ਗਿਆ ਹੁਣ ਆਪਾਂ ਕਰਦੇ ਹਾਂ ਸਰਕਮਫਰੈਂਸ ਕਿਹੜਾ ਜਿਸ ਨੂੰ ਆਪਾਂ ਕਹਿ ਦਿੰਨੇ ਆ ਕਿਹੜਾ ਤਾਂ ਪਹਿਲੇ ਸਰਕਲ ਦਾ ਕਿਹੜਾ ਕਿੰਨਾ ਹੋਇਆ 2 ਪਾਈ r ਤਾਂ ਦੂਜੇ ਸਰਕਲ ਦਾ ਕਿਹੜਾ ਕਿੰਨਾ ਹੋਇਆ ਸਰਕਮਫਰੈਂਸ ਤਾਂ ਕਿੰਨਾ ਹੈ 2 पाई r 6 ਹੁਣ ਇਹਨਾਂ ਵਿੱਚ ਆਪਾਂ ਨੇ ਡਿਫਰੈਂਸ ਹੈ ਜਿਹੜਾ ਫਾਈਂਡ ਆਊਟ ਕਰਨਾ ਹੈ ਡਿਫਰੈਂਸ ਮਤਲਬ ਪਟੋਨਾ ਹੈ 2 पाई r 6 ਵਿੱਚੋਂ ਆਪਾਂ ਕੀ ਮਾਈਨਸ ਕਰਦਾਂਗੇ 2 पाई r ਮਾਈਨਸ ਕਰਾਂਗੇ ਤੇ ਕਿੰਨਾ ਆਊਗਾ 2 पाई r 12 ਪਾਈ 2 पाई r 2 पाई ਨਾਲ 2 पाई r ਕੈਨਸਲ ਹੋ ਗਿਆ ਸਾਡੇ ਕੋਲੇ ਕਿੰਨਾ ਡਿਫਰੈਂਸ ਆਇਆ 12 22 ਸੈਂਟੀਮੀਟਰ ਦਾ ਤਾਂ 20 ਜਿਹੜਾ ਹੈ ਤੇ ਰਾਈਟ ਆਨਸਰ ਸਾਡਾ ਹੋਵੇ। ਹਾਂਜੀ 93 ਕਹਿੰਦਾ ਸੌਰਵ ਐਂਡ ਤਰुण ਰੀਸੀਵਸ ਦਾ ਸੇਮ ਅਮਾਉਂਟ ਆਫ ਪਾਕਟ ਮਨੀ ਏਵਰੀ ਵੀਕ। ਦੈਟ ਟੇਬਲ ਸ਼ੋਜ਼ ਦੈਟ ਵਟ ਪਾਰਟ ਆਫ ਦਾ ਪਾਕਟ ਮਨੀ ਦੇ ਸਪੈਂਟ ਔਨ ਟਰੈਵਲਿੰਗ ਐਂਡ ਫੂਡ। ਸੌਰਵ ਤੇ ਤਰुण ਹਰ ਹਫਤੇ ਇੱਕੋ ਜਿਹਾ ਜੇਬ ਖਰਚਾ ਨੇ ਜੜੇ ਲੈਣੇ। ਖੇਡ ਦਿੱਤੀ ਤਾਲਕਾ ਉਹਨਾਂ ਦੇ ਯਾਤਰਾ ਦੇ ਖਾਨ ਦੇ ਖਰਚੇ ਨੂੰ ਦਰਸਾਉਂਦੀ ਹੈ ਹੁਣ ਜੇ ਆਪਾਂ ਗੱਲ ਕਰਦੇ ਹਾਂ ਸੌਰਵ ਦੀ ਸੌਰਵ ਟਰੈਵਲਿੰਗ ਤੇ ਯਾਤਰਾ ਤੇ ਕਿੰਨਾ ਖਰਚਾ ਕਰਦਾ ਹੈ 0.45 ਤੇ ਭੋਜਨ ਤੇ ਕਿੰਨਾ ਕਰਦਾ ਹੈ 1/2 ਇਸੇ ਤਰ੍ਹਾਂ ਹੀ ਤਰੁਣ ਹੈ ਜਿਹੜਾ ਟਰੈਵਲਿੰਗ ਤੇ ਕਿੰਨਾ ਕਰਦਾ ਹੈ 3/5 ਤੇ ਭੋਜਨ ਤੇ ਕਿੰਨਾ ਕਰਦਾ ਹੈ 0.35 ਹੁਣ ਕੁਐਸਚਨ ਕੀ ਹੈ ਹੁਣ ਕੁਐਸਚਨ ਦੇਖੋ ਆਪਣੇ ਕੋਲ ਆਂਦਾ ਹੈ who spent more of their pocket money on traveling traveling te sab to bad kharcha kon kare hai je dekho itthe aande 0.45 saurab da te tadum da kinne hai 3/5 je 3/5 nu apan decimal de vich likhange eta kinna aju ga 0.6 hun tusi dekho itthe hai 0.45 hai 0.45 hai itthe hai 0.6 zero apan itthe kaisa kar diya ta sab to bad kharcha kinne kita agar yatra te tarune kita b jo hai ਇੱਥੇ ਰਾਈਟ ਆਨਸਰ ਬਣੇਗਾ ਅੱਗੇ ਆਂਦਾ ਹੈ ਹੂ ਸਪੈਂਟ ਮੋਰ ਆਫ देयर ਪਾਕਟ ਮਨੀ ਓਨ ਫੂਡ ਭੋਜਨ ਤੇ ਸਭ ਤੋਂ ਵੱਧ ਖਰਚ ਕੀਨੇ ਕੀਤਾਗਾ ਜੇ ਆਪਾਂ 1/2 ਨੂੰ ਡੈਸੀਮਲ ਚ ਕਰਦੇ ਆਂ ਤੇ ਕਿੰਨਾ ਆਊਗਾ 0.50 0.50 ਇੱਧਰ ਹੈ 0.35 ਤਾਂ ਤੁਹਾਨੂੰ ਦੇਖੂਗਾ ਭੋਜਨ ਤੇ ਸਭ ਤੋਂ ਵੱਧ ਖਰਚ ਕੀਨੇ ਕੀਤਾਗਾ ਸੋਰਮ ਨੇ ਕਿਉਂਕਿ ਇਹਦਾ ਕਿੰਨਾਗਾ 0.50 ਹੁਣ ਅੱਗੇ ਆਂਦਾ ਹੈ who spent the greater amount with their pocket money sab to bad kharche matlab ki total amount hai jadi pocket money di sab to bad kon kharche kar reya hun jeh apan gall karde haa saurav di saurav dekho kinna kharcha kar reya hai 0.45 aur 0.50 jod ke kinna ban gaya 0.95 hun jeh apan gall karde haan tarun di ohda vi jod ke likh deyan 0.60 te 0.35 ida vi kinna gaya jod ke 0.95 ਦੋਨਾਂ ਦਾ ਖਰਚਾ ਕੀ ਹੈ ਸੇਮ ਹੈ ਤਾਂ ਸਾਡਾ ਆਨਸਰ ਕਿਹੜਾ ਹੈਗਾ ਸੀ ਬੋਥ ਸਪੈਂਡ ਇਕੁਅਲ ਅਮਾਉਂਟ ਦੋਵੇਂ ਇੱਕੋ ਜਿਹਾ ਖਰਚਾ ਕਰਦੇ ਹਾਂ ਹਾਂਜੀ ਅਗਲਾ ਟੇਬਲ ਆਂਦਾ ਹੈ 96 ਤੋਂ 98 ਜਿਹਦੇ ਕੁਐਸਚਨਸ ਨੇ ਇਹਦੇ ਚੰਦਾ ਹੈ ਟੈਕਸੀ 1 ਟਾਈਮ ਦਿੱਤਾ ਹੋਇਆ 1 2 3 4 ਤੇ ਟੈਕਸੀ 1 ਦਾ ਡਿਸਟੈਂਸ ਦਿੱਤਾ ਹੈ 50 70 90 ਅਤੇ 110 ਇਸੇ ਤਰ੍ਹਾਂ ਹੀ ਟੈਕਸੀ 2 ਦਾ ਇਸੇ ਤਰ੍ਹਾਂ ਹੀ ਟੈਕਸੀ 3 ਦਾ ਟਾਈਮ ਤੇ ਡਿਸਟੈਂਸ ਅੰਦਰ ਦੱਸਿਆ ਹੋਇਆ ਹੈ ਇਹਦੇ ਵਿੱਚ ਕਹਿੰਦੇ ਵਿੱਚ ਟੈਕਸੀ ਇਸ ਨੋ ਟ੍ਰੈਵਲਿੰਗ ਐਟ ਕਨਸਟੈਂਟ ਸਪੀਡ। ਇਹਨਾਂ ਵਿੱਚ ਕਿਹੜੀ ਟੈਕਸੀ ਜਿਹੜੀ ਕਨਸਟੈਂਟ ਸਪੀਡ ਮਤਲਬ ਕਿ ਨਿਰੰਤਰ ਇੱਕੋ ਜੀ ਸਪੀਡ ਨਾਲ ਨਹੀਂ ਚੱਲ ਰਹੀ। ਹੁਣ ਤੁਸੀਂ ਦੇਖੋ ਆਪਾਂ ਡਿਸਟੈਂਸ ਦੇਖਦੇ ਆਂ। ਇੱਥੇ ਡਿਸਟੈਂਸ ਕਿੰਨਾ ਹੈਗਾ? 50 ਤੇ 70 ਵਿੱਚ ਕਿੰਨੇ ਦਾ ਫਰਕ ਹੈ? 20 ਦਾ। 70 ਤੇ 90 ਵਿੱਚ 20 ਦਾ। 90 ਤੇ 110 ਵਿੱਚ ਵੀ 20 ਦਾ। ਹੁਣ ਇੱਧਰ ਆਪਾਂ ਡਿਸਟੈਂਸ ਦੇਖਦੇ ਆਂ ਇਹਨਾਂ ਵਿੱਚ ਕਿੰਨੇ ਦਾ ਫਰਕ ਚੱਲ ਰਿਹਾ? 110 ਤੇ 165 ਵਿੱਚ 55 ਦਾ। 165 ਤੇ 220 ਵਿੱਚ ਵੀ 55 ਦਾ। 220 ਤੇ 275 ਵਿੱਚ ਵੀ 55 ਦਾ ਡਿਸਟੈਂਸ ਸੇਮ ਚੱਲ ਰਿਹਾ ਹੁਣ ਅੱਗੇ ਟੈਕਸੀ 3 'ਚ ਦੇਖਦੇ ਆ 150 ਤੇ 300 ਵਿੱਚ ਕਿੰਨੇ ਦਾ ਫਰਕ ਹੈ 150 ਦਾ 300 ਤੇ 450 ਵਿੱਚ 150 ਦਾ ਫਿਰ 450 ਤੋਂ 600 ਵਿੱਚ 150 ਦਾ ਦੂਰੀ ਸੇਮ ਹੈ ਜੇ ਟਾਈਮ ਦੀ ਗੱਲ ਕਰੀਏ ਇੱਥੇ 1-1 ਘੰਟੇ ਦਾ ਫਰਕ ਹੈ ਇੱਥੇ 2-2 ਘੰਟੇ ਦਾ ਫਰਕ ਹੈ ਔਰ ਇੱਥੇ 5-5 ਘੰਟੇ ਦਾ ਇਟ ਮੀਨਸ ਡਿਸਟੈਂਸ ਔਰ ਟਾਈਮ ਹੈ ਜਿਹੜਾ ਸੇਮ ਚੱਲ ਰਿਹਾ ਪਰ ਇੱਥੇ ਗੱਲ ਕੀ ਕੀਤੀ ਗਈ ਹੈ ਵੀ ਨੋ ਟਰੈਵਲਿੰਗ ਐਟ ਦਾ ਕਨਸਟੈਂਟ ਸਪੀਡ ਤੇ ਇਹਦੇ ਵਿੱਚ ਆਪਸ਼ਨ ਸਾਡੀ ਜਿਹੜੀ ਹੋਗੀ ਨਨ ਹੋਗੀ ਜਿਹੜੀ ਕਿ ਇਹਦੇ ਵਿੱਚ ਨਹੀਂ ਦਿੱਤੀ ਹੋਈ ਆਪਸ਼ਨ ਕੀ ਆਣੀ ਸੀ ਨਨ ਅੱਗੇ ਆਂਦਾ 97 ਇਫ ਟੈਕਸੀ 4 ਟੈਕਸੀ 4 ਟੈਕਸੀ 4 ਤੇ ਇੱਥੇ ਹੈ ਹੀ ਨਹੀਂ ਤੇ ਇਟ ਮੀਨਸ ਇੱਥੇ ਜਿਹੜਾ ਇਹ ਕੁਐਸਚਨ ਹੈ ਉਹ ਰੋਂਗ ਪਾਇਆ ਗਿਆ ਹਾਂਜੀ ਫਿਰ ਅੱਗੇ ਆਂਦਾ ਵਿਚ ਟੈਕਸੀ ਇਜ਼ ਫਾਸਟਰ ਇਹਨੇ ਚ ਆਪਾਂ ਦੇਖਣਾ ਕਿਹੜੀ ਟੈਕਸੀ ਜਿਹੜੀ ਫਾਸਟ ਚੱਲਦੀ ਹੈ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਜਦੋਂ ਅਸੀਂ ਗਤੀ ਕੱਢਣੀ ਆ ਸਪੀਡ ਕੱਢਣੀ ਆ ਤਾਂ ਕਿਹਦੇ ਬਰਾਬਰ ਹੁੰਦਾ ਫਾਰਮੂਲਾ ਡਿਸਟੈਂਸ ਦੂਰੀ ਵਟਾ ਕੁੱਲ ਸਮ ਡਿਸਟੈਂਸ ਓਵਰ ਟਾਈਮ ਹੁਣ ਜੇ ਆਪਾਂ ਟੈਕਸੀ 1 ਦੀ ਗੱਲ ਕਰੀਏ ਇਹਦੇ ਟਾਈਮ ਨੂੰ ਆਪਾਂ ਐਡ ਕਰਕੇ ਦੇਖੋ ਤਾਂ ਕਿੰਨਾ ਦਾ ਟਾਈਮ ਐਡ ਕਰਕੇ 1 ਤੇ 2 3 3 ਤੇ 3 6 6 ਤੇ 4 10 ਸਮਾ ਕਿੰਨਾ ਆਇਆ 10 ਐਸੀ ਤਰ੍ਹਾਂ ਹੀ ਜਦੋਂ ਆਪਾਂ ਡਿਸਟੈਂਸ ਸਾਰੇ ਦੇ ਡਿਸਟੈਂਸ ਨੂੰ ਜੋੜ ਕੇ ਦੇਖਾਂਗੇ ਇਹ ਆਪਣੇ ਕੋਲੇ ਕਿੰਨਾ ਆ ਜਾਊਗਾ 300 ਬੀ ਇਹ ਹੋ ਗਿਆ ਟੈਕਸੀ 1 ਦਾ ਹੁਣ ਜੀ ਆਪਾਂ ਟੈਕਸੀ 2 ਦੀ ਗੱਲ ਕਰੀਏ 2 ਤੇ 4 6 6 ਤੇ 6 12 12 ਤੇ 7 19 19 ਆਇਆ ਤੇ ਜੇ ਇਸੇ ਤਰ੍ਹਾਂ ਸੀ ਡਿਸਟੈਂਸ ਨੂੰ ਜੋੜ ਕੇ ਦੇਖੀਏ ਇਹ ਸਾਡਾ ਆ ਜਾਊਗਾ ਲਗਭਗ 770 ਇੱਕ ਵਾਰ ਕਰਕੇ ਦੇਖ ਲੈਣਾ ਤੁਸੀਂ ਅੱਗੇ ਸਮੇਂ ਨੂੰ ਜੋੜਦੇ ਹਾਂ 5 ਤੇ 10 15 15 15 30 30 ਤੇ 20 50 ਫਿਰ ਉਸ ਤੋਂ ਬਾਅਦ ਨੀਚੇ ਡਿਸਟੈਂਸ ਨੂੰ ਜੋੜ ਕੇ ਲੈਨੇ ਹੈ ਆਪਣੇ ਕੋਲੇ ਆ ਜੂਗਾ 1500 ਹੁਣ ਟੈਕਸੀ 1 ਦੇ ਲਈ ਟੈਕਸੀ 1 ਦੇ ਲਈ ਆਪਾਂ ਸਪੀਡ ਕੱਢਣੀ ਆ ਤਾਂ ਉਹਦੇ ਦੀ ਦੂਰੀ ਕਿੰਨੀ ਹੋਈ 320 ਸਮਾਂ ਕਿੰਨਾ ਹੈ 10 ਤਾਂ ਕਿੰਨਾ ਹੈ ਆਪਣੇ ਕੋਲੇ 32 ਫਿਰ ਆਪਾਂ ਟੈਕਸੀ 2 ਲਈ ਕਰਦੇ ਆਂ ਸਪੀਡ ਕਿੰਨੀ ਆ ਡਿਸਟੈਂਸ ਕਿੰਨਾ ਹੈ 770 19 ਡਿਵਾਈਡ ਕਰਕੇ ਆ ਜੂਗਾ ਅਪਰੋਕਸੀਮੇਟਲੀ 40.52 ਫਿਰ ਆਪਾਂ ਕੱਢਦੇ ਹਾਂ ਟੈਕਸੀ 3 ਲਈ ਉਹਦੇ ਦੀ ਸਪੀਡ ਕਿਵੇਂ ਕੱਢਾਂਗੇ 1500 50 ਇਹਨੂੰ ਡਿਵਾਈਡ ਕਰਕੇ ਸਾਡੇ ਕੋਲੇ ਕਿੰਨਾ ਆਇਆ 30 ਹੁਣ ਤੁਸੀਂ ਦੇਖੋ ਸਭ ਤੋਂ ਵੱਧ ਸਪੀਡ ਕਿਸ ਦੀ ਆ ਟੈਕਸੀ 2 ਦੀ ਸਪੀਡ ਹੈ ਜਿਹੜੀ ਸਭ ਤੋਂ ਵੱਧ ਹੈ ਕਿਉਂਕਿ 40.52 ਹੈ ਤਾਂ ਆਪਸ਼ਨ ਕਿਹੜੀ ਆਏਗੀ ਬੀ ਇੱਥੇ ਰਾਈਟ ਆਨਸਰ ਹੋਏਗਾ ਹਾਂਜੀ 99 ਕਹਿੰਦੇ ਇਨ ਫੋਰੈਸਟ ਪ੍ਰਾਇਨ ਥੇਰ ਆਰ 176 ਰੈਬਿਟਸ the population of rabbits doubles every 6 month how many months back there were at the most 10 rabbits in the forest kade ik jangal vich 176 khargosh san har 6 mahine baad unna di ginti ki hori a dugni hori a ta eh dasso ke na kinne samay pehla oh 10 khargosh si ki ik jangal ch hun 176 khargosh ne 6 mahine baad ho double hoey ende ne eh dasso bhi jado shuruaat si ta pehla ਉੱਥੇ ਐਟ ਮੋਸਟ ਇੱਥੇ ਇੰਨਾ ਕਲੀਅਰ ਨਹੀਂ ਕੀਤਾ ਇੰਗਲਿਸ਼ ਵਾਲੇ ਪਾਸੇ ਜਿਆਦਾ ਕਲੀਅਰ ਇੱਥੇ ਗਿਆ ਐਟ ਮੋਸਟ ਐਟ ਮੋਸਟ ਮਤਲਬ ਵੱਧ ਤੋਂ ਵੱਧ ਦੱਸ ਰਿਹਾ ਵੀ ਕਿ ਬੁੱਕ ਬੁੱਕ ਕਿਹੜੇ ਮਹੀਨੇ ਦੇ ਵਿੱਚ ਸੀ ਕਿੰਨੇ ਮਹੀਨੇ ਪਹਿਲਾਂ ਸੀ ਵੀ ਜਿੱਥੇ ਵੱਧ ਤੋਂ ਵੱਧ ਦੱਸ ਰਿਹਾ ਵੀ ਦੱਸ ਰਿਹਾ ਵੀ ਵੱਧ ਤੋਂ ਵੱਧ ਤਾਂ ਇੱਥੇ ਐਟ ਮੋਸਟ ਦਾ ਮਤਲਬ ਕੀ ਹੋ ਸਕਦਾ ਇੱਕ ਵੀ ਹੋ ਸਕਦਾ ਦੋ ਵੀ ਹੋ ਸਕਦਾ ਤਿੰਨ ਵੀ ਹੋ ਸਕਦਾ ਮਤਲਬ ਕਿ 10 ਤੱਕ ਜਿਹੜੀ ਇੱਕ ਲਿਮਟ ਹੈ ਉਹ ਦੱਸਣਾ ਵੀ ਕਿਹੜੇ ਮਹੀਨੇ ਵਿੱਚ ਹੋਣਗੇ ਹੁਣ ਦੇਖੋ ਆਪਾਂ ਪਹਿਲੇ ਮਹੀਨੇ ਦੀ ਗੱਲ ਕਰਦੇ ਆਂ ਮੰਨ ਲਓ ਆਪਾਂ ਪੁੱਠਾਈ ਸ਼ੁਰੂ ਕਰਦੇ ਆ 176 176 ਨੂੰ 6 ਨਾਲ ਡਿਵਾਈਡ ਦੋ ਨਾਲ ਡਿਵਾਈਡ ਕਰਦੇ ਆ ਕਿਉਂਕਿ ਡਬਲ ਹੋ ਰਹੇ ਨੇ ਤਾਂ ਆਪਣੇ ਕੋਲੇ ਕਿੰਨਾ ਆਇਆ 88 ਫਿਰ ਆਪਾਂ ਸੈਕਿੰਡ ਟਰਮ 'ਚ ਚੱਕਦੇ ਆ 88 ਨੂੰ ਦੋ ਨਾਲ ਡਿਵਾਈਡ ਕਰਦੇ ਆ ਕਿੰਨਾ ਆਇਆ 44 ਫਿਰ ਆਪਾਂ ਤੀਜੀ ਟਰਮ 'ਚ ਜਾਂਦੇ ਆ 44 ਨੂੰ ਦੋ ਨਾਲ ਡਿਵਾਈਡ ਕਰਦੇ ਆ ਕਿੰਨਾ ਆਇਆ 22 ਫਿਰ ਆਪਾਂ ਫੋਰਥ ਟਰਮ 'ਚ ਜਾਂਦੇ ਆ 22 ਨੂੰ ਦੋ ਨਾਲ ਡਿਵਾਈਡ ਕਰਦੇ ਆ ਸਾਡੇ ਕੋਲੇ ਕਿੰਨਾ ਆਇਆ 11 ਹੁਣ 5ਵੇਂ ਦੇ ਪੋਰਸ਼ਨ 'ਚ ਜਾਨਨੇ ਆ 11 ਨੂੰ 2 ਨਾਲ ਡਿਵਾਈਡ ਕਰਦੇ ਆ ਤੇ ਆਜੂਗਾ ਉਹ 5.5 ਮੀਨਸ ਅਪਰੋਕਸੀਮੇਟਲੀ ਆਪਾਂ 6 ਕਹਿ ਸਕਦੇ ਆ ਹੁਣ ਤੁਸੀਂ ਦੇਖੋ ਉਹਨੇ ਗੱਲ ਕਿਹਾ ਐਟ ਮੋਸਟ 10 ਐਟ ਮੋਸਟ ਐਟ ਮੋਸਟ 10 ਵੀ ਵੱਧ ਤੋਂ ਵੱਧ 10 ਜਿਹੜੇ ਖਰਕੋਸ਼ ਸੀ ਕਿਹੜੇ ਮਹੀਨੇ ਵਿੱਚ ਬੰਦ ਨੇ ਸੀਗੇ ਹੁਣ ਤੁਸੀਂ ਦੇਖੋ ਪਿਛਲੀ ਟਰਮ ਤੋਂ ਜੇ ਆਪਾਂ ਸ਼ੁਰੂ ਕਰਦੇ ਆ ਤਾਂ ਕਿੰਨੇ ਮਹੀਨੇ ਬੰਦ ਨੇ ਇੱਥੇ 5 ਟਰਮਸ ਬੰਦ ਨੇ ਕਿੰਨੇ ਮਹੀਨੇ ਤੇ 6 ਮਹੀਨੇ ਤੇ 6 ਨੂੰ ਜੇ ਆਪਾਂ 5 ਨਾਲ ਗੁਣਾ ਕਰੀਏ ਤੇ ਕਿੰਨਾ ਆਉਂਦਾ ਹੈ 30 ਮਹੀਨੇ ਇਟ ਮੀਨਸ 30 ਮੰਥ ਜੋ ਹੈ ਤੇ ਰਾਈਟ ਆਨਸਰ ਹੋਏਗਾ ਸੀ ਜੋ ਹੈ ਸਾਡਾ ਇੱਥੇ ਰਾਈਟ ਆਨਸਰ ਹੋਏਗਾ ਹਾਂਜੀ 100 ਲੀਸਟ ਨੰਬਰ ਜਦੋਂ ਗੱਲ ਕੀਤੀ ਜਾਵੇ ਲੀਸਟ ਨੰਬਰ ਦੀ ਛੋਟੀ ਸੰਖਿਆ ਦੀ ਤਾਂ ਉੱਥੇ ਸਮਝ ਲਓ ਵੀ ਆਪਾਂ ਨੇ ਕੀ ਕੱਢਣਾ ਹੈ ਐਲਸੀਐਮ ਕੱਢਣਾ ਹੈ ਕਿਹਦਾ ਐਲਸੀਐਮ ਕੱਢਣਾ ਹੈ 12 18 16 36 ਜਦੋਂ ਤੁਸੀਂ ਇਸ ਦਾ ਐਲਸੀਐਮ ਕੱਢੋਗੇ ਤਾਂ ਇਹ ਐਲਸੀਐਮ ਕੱਢ ਕੇ ਐਲਸੀਐਮ ਦਾ ਮਤਲਬ ਲੋਕ ਉਤਮ ਸਮਾਵਰਤਕ ਇਹ ਤੁਹਾਡੇ ਕੋਲ ਆ ਜਾਏਗਾ 144 ਤੁਹਾਨੂੰ ਕਿਰ ਮਿੰਟਰ ਕਿੰਨਾ ਬਚਣਾ ਚਾਹੀਦਾ ਪੰਜ ਸਿਰਫ ਕਰਨਾ ਕੀ ਹੈ ਲੋਕ ਉਤਮ ਕੱਢਣ ਤੋਂ ਬਾਅਦ ਇਹਦੇ ਵਿੱਚ ਪੰਜ ਹੈ ਜਿਹੜਾ ਜੋੜ ਦੇਣਾ ਹੈ ਤੁਹਾਡੇ ਕੋਲ ਆ ਜਾਊਗਾ 159 ਇਹ ਤੁਹਾਡਾ ਰਾਈਟ ਆਨਸਰ ਆ ਜਾਏਗਾ ਬੀ ਸਭ ਤੋਂ ਪਹਿਲਾਂ ਕੀ ਕਰਨਾ ਹੈ ਐਲਸੀਐਮ ਕੱਢਣਾ ਹੈ ਟਵੈਲ 869 36 ਦਾ ਉਮੀਦ ਹੈ ਤੁਹਾਨੂੰ ਐਲਸੀਐਮ ਤਾਂ ਆਦਾ ਹੋਏਗਾ ਸਾਰਿਆਂ ਨੂੰ ਹਾਂਜੀ ਇਸ ਤੋਂ ਬਾਅਦ ਆਉਂਦਾ ਹੈ 101 ਕਹਿੰਦੇ ਸਰਟਨ ਫ੍ਰੀਜ਼ਿੰਗ ਪ੍ਰੋਸੈਸ ਰਿਕਵਾਇਰਸ ਦੈਟ ਰੂਮ ਟੈਂਪਰੇਚਰ ਵਿ ਬਲੋਅਰਡ ਫ੍ਰੋਮ 50 ਡਿਗਰੀ ਸੀ ਐਟ ਦੀ ਰੇਟ ਆਫ 4 ਡਿਗਰੀ ਸੀ ਐਵਰੀ ਆਰ ਵਟ ਵਿਲ ਬੀ ਦ ਰੂਮ ਟੈਂਪਰੇਚਰ 18 ਆਰਸ ਆਫਟਰ ਦ ਪ੍ਰੋਸੈਸ ਬੀਗਿੰਸ ਕਹਿੰਦਾ ਜੰਮਣ ਦੀ ਪ੍ਰਕਿਰਿਆ ਜਿਸ ਵਿੱਚ ਕਮਰੇ ਦਾ ਤਾਪਮਨ 50 ਡਿਗਰੀ ਸੀ ਹੈ ਨੂੰ 4 ਡਿਗਰੀ ਸੀ ਪ੍ਰਤੀ ਘੰਟਾ ਦੇ ਰੇਟ ਨਾਲ ਘਟਾਈ ਜਾਂਦੀ ਜ਼ਰੂਰਤ ਹੈ ਇਸ ਪ੍ਰਕਿਰਿਆ ਸ਼ੁਰੂ ਹੋਣ ਤੋਂ 18 ਘੰਟੇ ਬਾਅਦ ਕਮਰੇ ਦਾ ਤਾਪਮਨ ਕੀ ਹੋਵੇਗਾ ਹੁਣ ਦੇਖੋ ਕਿੰਨਾ ਸਾਨਾ ਕੁਸਚਨ ਹੈ 50 ਡਿਗਰੀ ਟੈਂਪਰੇਚਰ ਹੈਗਾ ਆਪਣੇ ਕੋਲੇ 4 ਡਿਗਰੀ ਪ੍ਰਤੀ ਕੰਢੇ ਦੀ ਰੇਟ ਨਾਲ ਘਟਾਣਾ ਕਿੰਨੇ ਟਾਈਮ ਲਈ ਘਟਾਣਾ ਹੈ 18 ਘੰਟੇ ਲਈ ਘਟਾਣਾ ਹੈ ਸਿਰਫ ਕਰਨਾ ਕੀ ਹੈ ਮਾਈਨਸ ਕਰਨਾ ਹੈ ਦੇਖੋ 18 ਨੂੰ 4 ਨਾਲ ਗੁਣਾ ਕਰੋਗੇ ਕਿੰਨਾ 72 50 ਦੇ ਵਿੱਚੋਂ 72 ਮਾਈਨਸ ਕਰਦੇ ਆ ਤਾਂ ਆਪਣੇ ਕੋਲੇ ਕਿੰਨਾ ਆਉਂਦਾ ਹੈ ਮਾਈਨਸ 22 ਡਿਗਰੀ ਸੈਲਸੀਅਸ ਤਾਂ ਕਿਹੜੀ অপਸ਼ਨ ਠੀਕ ਬੈਠੇਗੀ ਤੁਸੀਂ ਆਪ ਹੀ ਦੇਖ ਸਕਦੇ ਹੋ ਬੀ ਬੀ ਜੋ ਹੈ ਤੇ ਰਾਈਟ ਆਨਸਰ ਸਾਡਾ ਬਣੇਗਾ ਅੱਗੇ ਆ 102 ਕਹਿੰਦਾ ਸਮ ਆਫ ਫਰਸਟ ਐਂਡ ਔਡ ਨੈਚੁਰਲ ਨੰਬਰਸ ਪਹਿਲੀਆਂ ਐਨ ਪ੍ਰਕਿਰਤਿਕ ਸੰਖਿਆਵਾਂ ਦਾ ਜੋੜ ਕੀ ਹੁੰਦਾ ਹੈ ਇਹ ਫਾਰਮੂਲਾ ਹੀ ਹੈ ਸਾਡਾ ਐਨ ਸਕੁਅਰ ਇਹਨੂੰ ਯਾਦ ਰੱਖਿਓ ਨਾ ਹੁੰਦਾ ਐਨ ਸਕੁਅਰ ਹਾਂਜੀ 103 ਕਹਿੰਦਾ 1 ਕਿਲੋਗ੍ਰਾਮ ਆਈਸਕ੍ਰੀਮ ਇਸ ਟੂ ਬੀ ਡਿਸਟ੍ਰਿਬਿਊਟਿਡ ਅਮੰਗ 25 ਸਟੂਡੈਂਟਸ ਹਾਊ ਮਚ ਆਈਸਕ੍ਰੀਮ ਵਿਲ ਈਚ ਸਟੂਡੈਂਟ ਰੀਸੀਵ 1 ਕਿਲੋ ਆਈਸਕ੍ਰੀਮ 25 ਵਿਦਿਆਰਥੀਆਂ ਚ ਵੰਡੀ ਜਾਣੀ ਆ ਹਰ ਵਿਦਿਆਰਥੀ ਨੂੰ ਕਿੰਨੀ ਆਈਸਕ੍ਰੀਮ ਮਿਲੇਗੀ ਕਿੰਨੀ ਆਈਸਕ੍ਰੀਮ ਹੈ 1 ਕਿਲੋ ਕਿੰਨੇ ਬੱਚਿਆਂ ਵਿੱਚ ਵੰਡਣੀ ਹੈ 25 ਵਿਦਿਆਰਥੀਆਂ ਵਿੱਚ ਵੰਡਣੀ ਆ 1 ਕਿਲੋਗ੍ਰam ਚ ਕਿੰਨੇ ਗ੍ਰਾਮ ਹੁੰਦੇ ਨੇ 1000 ਗ੍ਰਾਮ ਹੁੰਦੇ ਨੇ ਕਿਹਦੇ ਨਾਲ ਭਾਗ ਕਰਨਾ ਹੈ 25 ਨਾਲ ਦੇਖੋ 25 ਕਮ 25 25 ਚੋਕਾ 100 ਮਤਲਬ 40 ਗ੍ਰਾਮ ਹੈ ਜਿਹੜੀ ਆਈਸਕ੍ਰੀਮ ਡਿਸਟ੍ਰਿਬਿਊਟ ਹੋਏਗੀ ਸੀ ਜੋ ਹੈ ਤੇ ਸਦਾ ਰਾਈਟ ਆਨਸਰ ਹੋਏਗਾ ਹਾਂਜੀ ਇਸ ਤੋਂ ਬਾਅਦ ਆਨ 104 43.010110111 ਹੁਣ ਦੇਖੋ ਅੱਗੇ ਅੱਗੇ ਕੰਟੀਨਿਊ ਨਹੀਂ ਹੈਗਾ ਇੱਥੇ ਸਟਾਪ ਹੋ ਚੁੱਕਿਆ ਜੇ ਤਾਂ ਇਹ ਕੰਟੀਨਿਊ ਅੱਗੇ ਚੱਲ ਰਿਹਾ ਹੁੰਦਾ ਡੈਸੀਮਲ ਦੇ ਵਿੱਚ ਤਾਂ ਇਹ ਇਰੈਸ਼ਨਲ ਨੰਬਰ ਬਣਦਾ ਕਿਉਂਕਿ ਇਹ ਹੁਣ ਸਟਾਪ ਹੋ ਚੁੱਕਿਆ ਤੇ ਇਟ ਮੀਨਸ ਕਿ ਇਹ ਪੂਰਾ ਡਿਵਾਈਡ ਹੋ ਚੁੱਕਿਆ ਤੇ ਇੱਕ ਸਾਡਾ ਕਿਹੜਾ ਨੰਬਰ ਹੋਏਗਾ ਰੈਸ਼ਨਲ ਨੰਬਰ ਹੋਏਗਾ ਕਿਹੜਾ ਨੰਬਰ ਹੋਏਗਾ ਪਰਮੇਯ ਸੰਖਿਆ ਆਪਾਂ ਕਰਦੇ ਹਾਂ 105 ਨੰਬਰ ਕੁਐਸਚਨ ਇੱਥੇ ਆਂਦਾ ਕਿ ਨੰਬਰ 9 10 ਐਂਡ 99 ਆਰ ਪਲੇਸਡ ਇਨ ਅ ਵੈਗ ਵਰਟ ਇਜ਼ ਦ ਪ੍ਰੋਬੈਬਿਲਿਟੀ ਦੈਟ ਦ ਕਾਰਡ ਡਰਾਂ ਅ ਇਜ਼ ਅ ਪਰਫੈਕਟ ਸਕੁਅਰ ਵੀ ਜਿਹੜਾ ਆਪਾਂ ਨੇ ਸੰਭਾਵਨਾ ਕੱਢਣੀ ਆ ਕਿ ਇਹ ਇੱਕ ਪੂਰਨ ਵਰਗ ਜਿਹੜਾ ਇਹਦੇ ਵਿੱਚ ਬੰਦ ਹੋਵੇ ਤੇ 9 10 ਤਿੰਨ 99 ਦੇ ਵਿੱਚ ਆਪਾਂ ਨੇ ਪੂਰਨ ਵਰਗ ਲੱਭਣੇ ਨੇ ਕਿੱਥੋਂ ਸ਼ੁਰੂ ਹੁੰਦੇ ਨੇ 3 ਦੇ ਸਕੁਅਰ ਤੋਂ ਫਿਰ ਜਿਹੜਾ ਹੁੰਦਾ ਹੈ 4 ਦਾ ਸਕੁਅਰ ਫਿਰ 5 ਦਾ ਫਿਰ 6 ਦਾ ਫਿਰ 7 ਦਾ ਫਿਰ 8 ਦਾ ਔਰ ਫਿਰ 9 ਦਾ ਸਕੁਅਰ 10 ਦਾ ਨਹੀਂ ਲੈ ਸਕਦੇ ਕਿਉਂਕਿ ਇੱਥੇ 10 ਦਾ ਵਰਗ ਕਿੰਨਾ ਹੁੰਦਾ 100 ਹੁੰਦਾ ਹੈ ਪਰ ਇੱਥੇ ਲਾਸਟ ਲਿਮਟ ਆਪਣੀ ਕਿੰਨੀ ਐ ਨੜੇ ਨਹੀਂ ਕਿੰਨੇ ਅੰਕ ਬੰਦੇ ਨੇ 1 2 3 4 5 6 ਤੇ 7 ਸੱਤ ਅੰਕ ਬੰਦੇ ਨੇ ਕਿੰਨੇ ਅੰਕਾਂ ਵਿੱਚੋਂ ਬੰਦੇ ਨੇ ਹੁਣ ਤੁਸੀਂ ਦੇਖੋ ਗਿਣਤੀ ਕਿੱਥੇ ਸ਼ੁਰੂ ਕਰਦੇ ਆਪਾਂ 1 ਤੋਂ ਲੈ ਕੇ 100 ਤੱਕ ਇਹਦੇ ਵਿੱਚ ਕਿੰਨੇ ਨੰਬਰ ਘਟਨੇ 9 ਨੰਬਰ ਨੇ ਜਿਹੜੇ ਸਾਡੇ ਘਟਨੇਗੇ ਤਾਂ ਇੱਥੇ ਪ੍ਰੋਬੈਬਿਲਿਟੀ ਕਿੰਨੀ ਬਣ ਜੇਗੀ 7/9 ਅੱਠ ਮੂਰੋਂ ਘਟਨੇ 100 ਵਾਲਾ ਘਟਨੇ ਠੀਕ ਹੈ ਜੀ ਅੱਗੇ ਆਂਦਾ ਹੈ ਇਹ ਟੇਲਰ ਨੀਡਸ ਟੂ ਓਵਰ 5 2/5th ਮੀਟਰ ਆਫ ਕਲੋਥ ਟੂ ਮੇਕ ਅ ਫਲੈਗ ਇਫ ਅ ਟੇਲਰ ਹੈਜ਼ ਟੂ ਮੇਕ 400 ਫਲੈਗਸ ਦਾ ਕਲੋਥ ਮੀਟਰ ਦਨ 100ਡ ਬਾਈ ਟੇਲਰ ਇਸ ਇੱਕ ਟੇਲਰ ਨੂੰ 2/5ਵਾਂ ਮੀਟਰ ਕੱਪੜਾ ਇੱਕ ਝੰਡੇ ਨੂੰ ਬਣਾਉਣ ਲਈ ਚਾਹੀਦਾ ਜੇਕਰ ਟ੍ਰੇਲਰ ਕੋਲੇ 400 ਝੰਡੇ ਬਣਾਉਣੇ ਹੋਣ ਤਾਂ ਕਿੰਨੇ ਮੀਟਰ ਕਪੜਾ ਉਸ ਨੂੰ ਚਾਹੀਦਾ ਹੈ ਤਾਂ ਸਭ ਤੋਂ ਆਸਾਨ ਕੀ ਆ 400 ਨੂੰ 2/5 ਨਾਲ ਕੀ ਕਰ ਦੋ ਗੁਣਾ ਕਰ ਦੋ 5 1 5 8 5 40 8 2 16 ਮੀਨਸ 160 ਮੀਟਰ ਤਾਂ ਝੰਡੇ ਬਣਾਉਣ ਲਈ ਕਿੰਨੇ ਕਪਰੇ ਲੋਡ ਪੈਗੀ 160 ਮੀਟਰ ਕਪੜੇ ਦੀ ਲੋਡ ਉਸ ਨੂੰ ਪੈਗੀ ਹਾਂਜੀ 107 ਕਹਿੰਦੇ a woman has rupees 550 ਰੁਪੀਏ ਇਨ ਹਰ ਪਰਸ ਸ਼ੀ ਹੈਜ਼ ਓਨਲੀ ਰੁਪੀਏ 50 ਐਂਡ ਰੁਪੀਏ 10 ਨੋਟ ਵਿਚ ਆ 23 ਇਨ ਟੋਟਲ ਦੈਨ ਦ ਰੁਪੀਏ 10 ਨੋਟਸ ਇਨ ਹਰ ਪਰਸਾ ਇੱਕ ਔਰਤ ਦੇ ਬਟੋਏ ਵਿੱਚ ਕੁੱਲ ਕਿੰਨੇ ਰੁਪਏ ਨੇ 550 ਰੁਪਏ ਨੇ ਉਸਦੇ ਕੋਲ ਕੇਵਲ 50 ਰੁਪਏ ਅਤੇ 10 ਰੁਪਏ ਦੀ ਨੋਟ ਸੀ ਜੋ ਕਿ ਕੁੱਲ 23 ਸਨ ਤਾਂ ਉਸਦੇ ਬਟੋਏ ਵਿੱਚ 10 ਰੁਪਏ ਦੇ ਕਿੰਨੇ ਨੋਟ ਨੇ ਜਿਹੜੇ ਹੋਣਗੇ ਹੁਣ ਆਪਾਂ ਐ ਕਰਦੇ ਹਾਂ ਮੰਨ ਲਓ ਜਿਹੜੇ ਉਹਦੇ ਕੋਲੇ 50 ਰੁਪਏ ਦੇ ਨੋਟ ਨੇ ਉਹ ਆਪਾਂ x ਮੰਨ ਲਓ 10 ਰੁਪਏ ਦੇ ਨੋਟ ਆਪਾਂ ਕਿੰਨੇ ਮੰਨ ਲਓ y ਹੁਣ ਕੰਡੀਸ਼ਨ ਕੀ ਆ 50 ਰੁਪਏ ਦੇ ਨੋਟ ਪਲੱਸ 10 ਰੁਪਏ ਦੇ ਨੋਟ ਕੁੱਲ ਮਿਲਾ ਕੇ ਕਿੰਨੇ ਬਣ ਜਾਂਦੇ ਨੇ 550 ਰੁਪਏ ਬਣਦੇ ਨੇ ਦੂਸਰੀ ਕੰਡੀਸ਼ਨ ਕੀ ਕਹਿੰਦੇਗਾ ਸ਼ੀ ਹੈਜ਼ ਓਨਲੀ ਰੁਪੀਸ 50 ਐਂਡ ਰੁਪੀਸ 10 ਨੋਟ ਦੀਚਾ 23 ਇਨ ਟੋਟਲ ਹੁਣ 50 ਤੇ 10 ਮਤਲਬ 50 ਤੇ 10 ਰੁਪਏ ਤੇ ਨੋਟਾਂ ਦਾ ਜਿਹੜਾ ਜੋੜ ਹੈ ਉਹ ਕਿੰਨਾ ਦੱਸਿਆ ਸਾਨੂੰ 23 ਦੱਸਿਆ ਹਿਆ ਮੀਨਸ ਐਕਸ +y ਇਹਨਾਂ ਦਾ ਜੋੜ ਕਰਕੇ ਸਾਨੂੰ ਕਿੰਨਾ ਦੱਸਿਆ ਆ 23 ਦੱਸਿਆ ਹੋਇਆ ਹੁਣ ਇਹਦੇ ਵਿੱਚ ਆਪਾਂ ਨੇ 10 ਰੁਪਏ ਵਾਲੇ ਨੋਟ ਕੱਢਣੇ ਨੇ 10 ਰੁਪਏ ਦੀ ਨੋਟ ਦਾ ਮਤਲਬ ਕੀ ਆਪਾਂ ਨੇ ਚਾਦੀ ਵੈਲਿਊ ਕੱਢਣੀ ਆ y ਦੀ ਵੈਲਿਊ ਆਪਾਂ ਨੇ ਇੱਥੇ ਕੱਢਣੀ ਆ ਤਾਂ ਹੁਣ y ਦੀ ਵੈਲਿਊ ਕੱਢਣ ਦੇ ਲਈ ਆਪਾਂ ਸੰਕਿਰਣ ਨੂੰ ਕੀ ਕਰਾਂਗੇ ਹੱਲ ਕਰਾਂਗੇ ਹੁਣ ਇੱਕ ਤਰੀਕਾ ਇਹ ਵੀ ਆ ਵੀ ਆਪਾਂ ਦੋਨੇ ਇਕੁਏਸ਼ਨਸ ਨੂੰ ਕੀ ਕਰ ਲਈਏ ਬੈਲੈਂਸ ਕਰ ਲਈਏ ਤਾਂ ਉੱਥੋਂ ਆਪਣਾ ਸਵਾਲ ਨਿਕਲ ਜੇਗਾ ਇਹ ਆਪਣੇ ਕੋਲੇ ਆ ਗਈ ਆ ਫਸਟ ਇਕੁਏਸ਼ਨ ਸੈਕਿੰਡ ਇਕੁਏਸ਼ਨ ਨੂੰ ਆਪਾਂ ਕੀ ਕਰਦੇ ਆ x ਨੂੰ ਖਤਮ ਕਰਨ ਦੇ ਲਈ ਦੋਨਿਆਂ ਪਾਸੇ 15 ਨਾਲ ਮਲਟੀਪਲਾਈ ਕਰ ਲੈਣੇ ਆ ਤਾਂ ਸਾਡੇ ਕੋਲ ਇਕੁਏਸ਼ਨ ਕੀ ਬਣੇਗੀ ਫਸਟ ਇਕੁਏਸ਼ਨ ਕੀ ਆ 50x 10y 550 ਦੂਜੀ ਇਕੁਏਸ਼ਨ ਕੀ ਬਣੂਗੀ 50x 50y ਹੁਣ 23 ਨੂੰ ਆਪਾਂ ਕਿਹਦੇ ਨਾਲ ਗੁਣਾ ਕਰਾਂਗੇ 59 ਨੂੰ ਗੁਣਾ ਕਰਾਂਗੇ ਦੇਖੋ 0 ਅੱਗੇ 5 3 15 5 2 10 1 11 1150 ਹੁਣ ਆਪਾਂ ਮਾਈਨਸ ਕਰਦੇ ਆ ਮਾਈਨਸ 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 50x ਨਾਲ 50x ਕੱਟ ਗਿਆ 10 ਵਿੱਚੋਂ 50 ਮਾਈਨਸ ਕਿਤੇ ਕਿੰਨਾ ਗਿਆ ਮਾਈਨਸ 40y 1150 ਚੋਂ 550 ਘਟਾਣੇ 600 ਪਰ ਇੱਥੇ ਮਾਈਨਸ ਦਾ 600 ਬਣੇਗਾ ਦੈਨ y ਦੀ ਵੈਲਿਊ ਕਿੰਨੀ ਆ ਜੇਗੀ -600 -40 ਆਪਾਂ ਕਰਕੇ ਦੇਖੋ ਕਿੰਨਾ ਬਣੇਗਾ ਮਾਈਨਸ ਨਾਲ ਮਾਈਨਸ ਕੱਟ ਗਿਆ 0 ਨਾਲ 0 ਕੱਟ ਗਿਆ 4 1 ਕਮ 4 15 ਚੋਕੇ 60 80 ਮੀਨਜ਼ ਜਿਹੜੇ ਸਾਡੇ 10 ਰੁਪਏ ਦੇ ਨੋਟ ਨੇ ਇਹ ਕਿੰਨੇ ਹੋਣਗੇ ਸਾਡੇ ਕੋਲੇ 15 ਮੀਨਸ ਇਹ ਜੋ ਹੈ ਇੱਥੇ ਸਾਡਾ ਰਾਈਟ ਆਨਸਰ ਬਣੇਗਾ ਹਾਂਜੀ 108 ਨੰਬਰ ਕਹਿੰਦਾ ਇਫ 3 ਊਮਨ 3 ਊਮਨ ਪਲੱਸ 6 ਮੈਨ ਦਾ ਇੱਕ ਦਿਨ ਦਾ ਕੰਮ ਆਪਾਂ ਕਿੰਨਾ ਕਹਨੇ ਆ 1/4 ਹੈ ਅੱਗੇ 6 ਊਮਨ ਔਰ 4 ਮੈਨ ਦਾ ਇਹਨਾਂ ਦਾ ਇੱਕ ਦਿਨ ਦਾ ਕੰਮ ਕਿੰਨਾ ਹੈ 1/3 ਨਾ ਤਾਂ ਦੱਸੋ ਇੱਕ ਊਮਨ ਦਾ ਕੰਮ ਹੈ ਜਿਹੜਾ ਕਿੰਨਾ ਹੋਏਗਾ ਤਕਲੀ ਕਿੰਨੇ ਦਿਨਾਂ ਵਿੱਚ ਇੱਕ ਔਰਤ ਦਾ ਕੰਮ ਹੈ ਜਿਹੜਾ ਪੂਰਾ ਕਰੇਗੀ ਇਹਨੂੰ ਵੀ ਆਪਾਂ ਪਹਿਲਾਂ ਦੀ ਟ੍ਰਾਂਕੂਲੇਸ਼ਨ ਨੂੰ ਸੋਲਵ ਕਰਦੇ ਆਂ ਹੁਣ ਆਪਾਂ ਨੇ ਕੱਢਣਾ ਕਿਹੜਾ ਹੈ ਵੂਮਨ ਵਾਲਾ ਤਾਂ ਕਿਉਂ ਨਾ ਆਪਾਂ ਮੈਨ ਵਾਲੀ ਜਿਹੋ ਸਿਚੁਏਸ਼ਨ ਹੈ ਉਹ ਖਤਮ ਕਰ ਦਈਏ ਇੱਥੇ ਹੈ 6 ਇੱਥੇ ਹੈ 4 ਚਲੋ ਆਪਾਂ ਇਹ ਚੇਂਜ ਕਰ ਲੈਨੇ ਆਂ ਹੁਣ ਇਹਨੂੰ ਕੀ ਕਰਦੇ ਆਂ ਇੱਥੇ 4 ਨਾਲ ਮਲਟੀਪਲਾਈ ਕਰਦੇ ਆਂ ਔਰ ਇੱਥੇ 6 ਨਾਲ ਮਲਟੀਪਲਾਈ ਕਰਦੇ ਆਂ ਤਾਂ ਇਕੁਏਸ਼ਨ ਕਿੰਨੀ ਬਣੇਗੀ 12w ਇੱਥੇ ਕਿੰਨਾ ਆ ਗਿਆ 24 ਮੈਨ ਇੱਥੇ ਕਿੰਨਾ ਗਿਆ ਜੀ 4 ਓਵਰ 4 ਇਸੇ ਤਰ੍ਹਾਂ ਇੱਥੇ 36 ਡਬਲੂ ਦੈਨ 24 ਮੈਨ ਇੱਥੇ ਕਿੰਨਾ ਗਿਆ 6 ਓਵਰ 3 ਹੁਣ ਦੇਖੋ ਧਿਆਨ ਨਾਲ ਕਿੰਨਾ ਹੋ ਰਿਹਾ ਹੈ 4 ਨੂੰ 4 ਨਾਲ ਕੱਟੇ ਇੱਥੇ ਕਿੰਨਾ ਆ ਜਾਊਗਾ 1 ਇੱਥੇ 3 ਤੇ 6 ਨੂੰ ਕੱਟੇ ਕਿੰਨਾ ਆ ਜਾਊਗਾ ਆਪਣੇ ਕੋਲੇ 2 ਹੁਣ ਮਾਈਨਸ ਕਰਦੇ ਆ ਮਾਈਨਸ ਕਰਾਂਗੇ 12 36 ਕਿੰਨਾ ਆਇਆ -24 ਡਬਲੂ ਪਲੱਸ ਇਹ ਕੈਨਸਲ ਇਹ ਤਾਂ ਖਤਮ ਹੋ ਗਿਆ 1 ਚੋਂ 2 ਮਾਈਨਸ ਕਰੇ -1 ਤਾਂ ਆਪਣੇ ਕੋਲੇ -24w ਕੀ ਦੇ ਬਰਾਬਰ ਹੈ -1 ਦੇ ਮਾਈਨਸ ਨਾਲ ਮਾਈਨਸ ਕੈਨਸਲ ਹੋਇਆ ਤਾਂ ਬੂਮੈਂ ਦਾ ਕੀ ਮੈਂ ਇਕਵਟਾ 24 ਇਹਦਾ ਮਤਲਬ ਜਿਹੜੀ ਲੇਡੀ ਹੈ ਔਰਤ ਹੈ ਉਹ 24 ਦਿਨਾਂ ਵਿੱਚ ਆਪਦਾ ਕੰਮ ਹੈ ਜਿਹੜਾ ਪੂਰਾ ਕਰੇ 24 ਡੇ ਵਿੱਚ ਆਪਦਾ ਕੰਮ ਹੈ ਜਿਹੜਾ ਕੰਪਲੀਟ ਕਰ ਲਵੇ ਹਾਂ ਜੀ ਇੱਕ ਸਨੋ ਕਹਿੰਦਾ ਹਾਊ ਮੈਨੀ ਟੈਂਸ ਆ देयर ਇਨ 5482 ਇਦਲੀ ਸਭ ਤੋਂ ਵਧੀਆ ਤਰੀਕਾ ਕੀ ਹੁੰਦਾ ਹੈ ਪਹਿਲਾਂ 5482 ਲਿਖੋ ਜਿਹੜਾ 2 ਹੈ ਇਹ ਇਕਾਈ ਦਾ ਅੰਕ ਹੈ ਇਹਦੇ ਵਿੱਚ ਦੋਨੋਂ ਮਾਈਨਸ ਕਰ ਦਿਓ ਕਿੰਨਾ ਗਿਆ 5480 8 ਮੀਨ ਜਿਹੜਾ ਇਹ 8 ਹੈ ਇਹ ਕਿੰ ਨੂੰ ਦਿਖਾ ਰਿਹਾ ਟੈਂਸ ਪਲੇਸ ਦਹਾਈ ਨੂੰ ਦਿਖਾ ਰਿਹਾ ਜੇ ਦਹਾਈ ਨੂੰ ਦਿਖਾ ਦੇ ਤਾਂ ਕਿੱਥੇ ਤੱਕ ਦਿਖਾ ਰਿਹਾ ਇੱਥੇ ਆਪਣਾ 548 ਤੱਕ ਦਿਖਾ ਰਿਹਾ ਹੈ ਤਾਂ ਇਟ ਮੀਨ ਜਿਹੜਾ ਦਹਾਈ ਦਾ ਅੰਕ ਜਿੰਨੀ ਇਹਨਾਂ ਨੇ ਸੰਖਿਆ ਪੁੱਛਿਆ ਕਿੰਨੀਆਂ ਦਹਾਈਆਂ ਬਣਣਗੀਆਂ ਇੱਥੇ ਦੇਖੋ 548 ਉਹਨਾਂ 10 ਕਰਕੇ 5480 ਬਣਦਾ ਤਾਂ ਕਿੰਨੀਆਂ ਦਾ ਹੀਆਂ ਬਣਨਗੀਆਂ 548 ਤਾਂ ਡੀ ਜੋ ਹੈ ਇੱਥੇ ਸਾਡਾ ਰਾਈਟ ਆਨਸਰ ਬਣੇਗਾ ਅੱਗੇ ਆਉਂਦਾ ਹੈ 110 ਕਹਿੰਦਾ ਇਨ ਵਿੱਚ ਸ਼ੇਪ ਆਲ ਦਾ ਫੇਸਿਸ ਆਰ ਆਫ ਦਾ ਸੇਮ ਸਾਈਜ਼ ਤੁਹਾਨੂੰ ਸ਼ਕਲ ਤੇ ਕਲੀਅਰ ਹੋ ਜਾਊਗਾ ਜਿਨ੍ਹਾਂ ਦਾ ਸਾਰੀ ਸ਼ੇਪ ਜੋ ਹੈ ਸੇਮ ਹੈ ਜਿੱਤੇ ਸਾਰੇ ਫੇਸ ਨੇ ਜਿਹੜੇ ਸੇਮ ਨੇ ਹੁਣ ਤੁਹਾਨੂੰ ਘਣ ਦਿਖਾਈ ਦੇਗਾ ਇਹ ਘਣ ਹੈ ਕਯੂਬ ਹੈ ਇਹਦੇ ਸਾਰੇ ਫੇਸ ਕਿਨੇ ਬਰਾਬਰ ਨੇ ਸਾਰੇ ਵਰਗਾਤਾਰ ਨੇ ਇਦੇ ਵਿੱਚ ਘਣਾਵ ਦੇ ਵਿੱਚ ਇੱਕ ਪਾਸੇ ਵਰਗ ਹੈ ਔਰ ਇੱਕ ਪਾਸੇ ਘਣਾਵ ਹੈ ਤਾਂ ਇਹ ਨਹੀਂ ਹੈ ਉਸ ਤੋਂ ਬਾਅਦ ਬੇਲਣ ਆਉਂਦਾ ਹੈ ਇੱਕ ਪਾਸੇ ਸਰਕਲ ਬਣਿਆ ਹੋਇਆ ਇੱਕ ਪਾਸੇ ਪਾਸਪੀ ਸਤਹ ਦਾ ਖੇਤਰਫਲ ਇਹ ਵੀ ਨਹੀਂ ਹੈ ਅੱਗੇ ਟ੍ਰੈਂਗੂਲਰ ਪੀਰਾਮਿਡ ਹੈ ਇਹ ਵੀ ਸੇਮਾ ਨਹੀਂ ਹੈ ਤਾਂ ਸਾਡਾ ਜੋ ਆਨਸਰ ਆਏਗਾ ਉਹ ਫਰਸਟ ਆਨਸਰ ਹੈ ਜਿਹੜੇ ਇੱਥੇ ਬਣੇ ਅੱਗੇ ਅੰਦਾਜੀ ਵਾਟ ਇਜ਼ 6.75 ਆਰ ਇਨ ਆਰ ਐਂਡ ਮਿੰਟਸ ਇਹਦੇ ਵਿੱਚ ਬੱਚੇ ਬਹੁਤ ਜ਼ਿਆਦਾ ਉਲਝੇ ਜਾਂਦੇ ਨੇ ਦੇਖੋ ਇੱਥੇ ਆਪਣੇ ਕੋਲੇ ਲਿਖਿਆ ਹੈ 6.75 ਘੰਟੇ ਸਿੱਧੀ ਜਿਹੀ ਗੱਲ ਹੈ ਘੰਟੇ ਤਾਂ ਪੈਨ ਕਿ ਲਿਖਾਂਗੇ 6 ਘੰਟੇ ਜੋੜ 0.75 ਘੰਟੇ ਉਮੀਦ ਹੈ ਸਮਝ ਗਏ ਹੋਗੇ 6 ਘੰਟੇ ਵਿੱਚ ਕੋਈ ਡਾਊਟ ਨਹੀਂ ਹੈ ਤਾਂ ਫਿਕਸ ਹੈ ਆ ਜੇ ਮੈਂ ਇਸ ਦਾ ਡੈਸੀਮਲ ਹਟਾਵਾਂ ਤਾਂ ਕਿੰਨਾ ਬਣੂਗਾ ਨੀਚੇ 100 ਐਨੇ ਘੰਟੇ ਫਿਰ ਆਂਦਾ 6 ਘੰਟੇ ਪਲੱਸ 75 ਵਟਾ 100 ਤਾਂ ਆਪਣਾ ਉਵੇਂ ਫਿਕਸ ਹੈ ਆ 1 ਘੰਟੇ ਵਿੱਚ ਕਿੰਨੇ ਮਿੰਟ ਹੁੰਦੇ ਨੇ 60 ਮਿੰਟ ਹੁੰਦੇ ਨੇ ਹੁਣ ਆਪਾਂ ਨੇ ਸਿਰਫ ਸੋਲਵ ਕਰਨਾ ਹੈ 25 ਦੇ ਭਾੜੇ ਤੇ बटेਗਾ 25 3 75 25 4 100 ਹੁਣ ਅੱਗੇ 4 ਇੱਕਮ 4 15 ਚੋਕੇ 60 ਤਾਂ ਕਿੰਨਾ ਬਣੂਗਾ 6 ਘੰਟੇ 3 ਨੂੰ 15 ਨਾਲ ਗੁਣਾ ਕੀਤਾ 45 ਮਿੰਟ ਹੁਣ ਤੁਸੀਂ ਦੇਖੋ ਕਿਹੜਾ ਆਨਸਰ ਸਹੀ ਬੈਠੇਗਾ ਬੀ ਬੀ ਜੋ ਹੈ ਤੇ ਰਾਈਟ ਆਨਸਰ ਬਣੇਗਾ ਅੱਗੇ ਆਉਂਦਾ ਜੀ 112 ਇਹ ਟੇਬਲ ਮੈਂ ਅਬਦੇਬਲਾਂ ਲਗਾਈ ਨਹੀਂ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਆਇਤ ਚਿੱਤਰ ਕਿਹੜੇ ਹੁੰਦੇ ਨੇ ਹਿਸਟੋਗ੍ਰਾਮ ਕਿਸ ਨੂੰ ਕਿਹਾ ਜਾਂਦਾ ਹੈ ਕਹਿੰਦੇ ਜਿਹੜੀ ਇਹ ਹਾਈਟ ਹੈ ਉੱਪਰ ਵਾਲੀ ਜਿਹੜੀ ਹਾਈਟ ਆ ਹੁੰਦੀ ਆ ਆਹ ਵਾਲੀ ਹਾਈਟ ਹੁੰਦੀ ਆ ਇਹ ਕਿਸ ਨੂੰ ਰਿਪਰਜੈਂਟ ਕਰਦੀ ਆ ਆਹ ਵਾਲੀ ਜਿਹੜੀ ਹਾਈਟ ਹੈ ਇਹ ਕਿਸ ਨੂੰ ਰਿਪਰਜੈਂਟ ਕਰਦੀ ਆ ਕਿਸ ਨੂੰ ਰਿਪਰਜੈਂਟ ਕਰਦੀ ਆ ਇਹ ਹਮੇਸ਼ਾ ਰਿਪਰਜੈਂਟ ਕਰਦੀ ਆ ਫ੍ਰੀਕਵੈਂਸੀ ਨੂੰ ਮੀਨਸ ਵਰਗ ਦੀ ਬਾਰੰਬਾਰਤਾ ਨੂੰ ਇਹ ਰਿਪਰਜੈਂਟ ਕਰਦੀ ਆ ਅੱਗੇ ਆਉਂਦਾ ਜੀ 113 ਕਹਿੰਦਾ ਫੋਰ ਸਟੂਡੈਂਟ ਲੁੱਕ ਐਟ 올 ਦਾ ਡਿਸ਼ਸ ਇਨ ਅ ਮੀਨੋ ਐਮੀ ਸੇਜ਼ 1/4 ਆਊਟ ਆਫ ਦਾ ਫੋਰ ਡਿਸ਼ਸ ਇਜ਼ ਮੇਡ ਫਰਮ ਪੋਟੇਟੋ ਰੋਹਨ ਸੇਜ਼ 25% ਆਫ ਦਾ ਡਿਸ਼ਸ ਆਰ ਮੇਡ ਫਰਮ ਟੈਟੋ ਸਾਰਾ ਸੇਜ਼ 1/4 ਆਫ ਦਾ ਡਿਸ਼ਸ ਆਰ ਮੇਡ ਫਰਮ ਪੋਟੇਟੋ ਪੀਟਰ ਸੇਜ਼ ਹਾਫ ਆਫ ਦਾ ਡਿਸ਼ਸ ਆਰ ਮੇਡ ਫਰਮ ਪੋਟੇਟੋਸ ਵਿਚ ਸਟੂਡੈਂਟ ਇਸ ਐਗਰੀ ਵਿਦ ਦਾ ਆਦਰਸ ਕਹਿੰਦਾ ਚਾਰ ਵਿਦਿਆਰਥੀ ਨੇ ਭੋਜਨ ਸੂਚੀ ਵਿੱਚ ਸਾਰੇ ਵਿੰਜਨਾਂ ਨੂੰ ਦੇਖਿਆ ਐਮੀ ਨੇ ਕਿਹਾ ਕਿ ਇਹਨਾਂ ਚਾਰਾਂ ਵਿੱਚੋਂ ਇੱਕ ਹੀ ਵਿਅੰਜਨ ਆਲੂ ਤੋਂ ਬਣਿਆ ਹੈ ਐਮੀ ਕੀ ਕਹਿ ਰਿਹਾ ਦੇਖੋ ਐਮੀ ਕੀ ਕਹਿ ਰਿਹਾ ਚਾਰ ਵਿੱਚੋਂ ਇੱਕ ਹੀ ਵਿਅੰਜਨ ਹੈ ਜਿਹੜਾ ਕੀ ਤੋਂ ਬਣਿਆ ਹੋਇਆ ਪੋਟੈਟੋ ਤੋਂ ਬਣਿਆ ਹੈ ਮੀਨਸ ਇਹ ਕਹਿੰਦਾ 1/4 ਰੋਹਨ ਨੇ ਕਿਹਾ 25% ਵਿਅੰਜਨ ਆਲੂ ਤੋਂ ਬਣੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਰੋਹਨ ਦੀ ਰੋਹਨ ਤਾਂ ਸਿੱਧਾ ਹੀ ਹੈ ਕਹਿੰਦਾ ਕਿੰਨੇ ਬੰਦੇ ਨੇ 25% ਸਾਰਾ ਹੁਣ ਅੱਗੇ ਗੱਲ ਕਰਦੇ ਹਾਂ ਸਾਰਾ ਦੀ ਸਾਰਾ ਕੀ ਕਹਿੰਦਾ 1/4 ਵੀ ਅੰਜਨ ਆਲੂ ਤੋਂ ਬਣਦੇ 1/4 ਪੀਟਰ ਨੇ ਕਿਹਾ ਅੱਦੇ ਵਿਅੰਜਨ ਹੁਣ ਆਪਾਂ ਗੱਲ ਕਰਦੇ ਆਂ ਪੀਟਰ ਦੀ ਪੀਟਰ ਕਹਿੰਦਾ ਅੱਦਾ ਹੁਣ ਦੇਖੋ ਐਮੀ ਦਾ ਵੀ 1/4 ਦਾ ਮਤਲਬ ਕਿੰਨਾ ਹੈ 25% ਆ ਰੋਹਨ 25% ਕਹੀ ਰਿਹਾ ਸਾਰਾ ਦਾ 1/4 ਵੀ ਕਿੰਨਾ ਬਣਿਆ 25% ਤਾਂ ਪੀਟਰ ਜਿਹੜਾ ਇਹਨਾਂ ਸਾਰਿਆਂ ਤੋਂ ਅਲੱਗ ਆ ਤਾਂ ਆਪਣਾ ਆਨਸਰ ਕਿਹੜਾ ਹੋਊਗਾ ਡੀ ਉਹਨੇ ਕੁਐਸਚਨ ਵੀ ਕੀਤਾ ਸੀ ਜਿਹੜਾ ਸਾਰਿਆਂ ਨਾਲ ਸਹਿਮਤ ਨਹੀਂ ਹੈ ਅੱਗੇ 114 if the sides of a cube are halved then the volume become dash times the original volume ਆਪਾਂ ਜਿਆਦਾ ਉਲਝਣ ਚ ਨਹੀਂ ਪੈਂਦੇ ਸਭ ਤੋਂ ਪਹਿਲਾਂ ਕਰ ਲੈਂਦੇ ਆ ਕੰਧ ਦੀ ਮੰਨ ਲਓ ਮੰਨ ਲਓ ਜਿਹੜੀ ਇੱਕ ਕੰਧ ਦੀ ਭੂਜਾ ਹੈ ਆਪਾਂ ਮੰਨ ਲਓ 4 ਹੈ ਤਾਂ ਇਹਦਾ ਆਇਤਨ ਕਿੰਨਾ ਹੋਇਆ ਕਯੂਬ volume of cube ਭੂਜਾ ਦੀ 3 ਮਤਲਬ 4 ਦੀ 3 ਕਿੰਨਾ ਆਇਆ 64 ਹੁਣ ਜਿਹੜਾ ਨਵਾਂ ਕਣ ਹੈ ਨਮਾਕਣ ਵਣਿਆ ਉਹਦੀ ਪੂਜਾ ਕੀ ਆ ਅੱਧੀ ਕਰਤੀ ਪਹਿਲਾਂ ਨਾਲੋਂ ਅੱਧੀ ਕਰਤੀ ਕਿੰਨੀ ਰਹਿ ਗਈ 2 ਤੇ ਇਹਦਾ ਹੁਣ ਆਇਤਨ ਨਵੇਂ ਕਣ ਦਾ ਆਇਤਨ ਕਿੰਨਾ ਬਣੂਗਾ 2 ਦਾ 큐ਬ 2 ਦਾ 큐ਬ ਮੀਨਸ 8 ਹੁਣ ਦੇਖੋ ਇਹਨਾਂ ਵਿੱਚ ਕਹਿੰਦਾ ਕਿੰਨਾ ਵੱਧ ਹੈ ਹੁਣ ਇਹਨੂੰ ਤੁਲਨਾ ਕਰ ਲਓ ਕਿਵੇਂ ਤੁਲਨਾ ਕਰਾਂਗੇ ਨਵੇਂ ਦਾ ਆਇਤਨ ਪੁਰਾਣੇ ਦਾ ਆਇਤਨ ਨਵੇਂ ਦਾ ਆਇਤਨ 8 ਪੁਰਾਣੇ ਦਾ ਆਇਤਨ 64 ਆ ਕਰਕੇ ਕਿੰਨਾ ਆ ਜਾਊਗਾ 1/8 ਇਹਦੇ ਮਤਲਬ ਸਾਡੀ ਡੀ ਜੋ ਹੈ ਤੇ ਰਾਈਟ ਅਨਸਰ ਬਣੇਗੀ 1/8 ਦਾ ਇਹਨਾਂ ਵਿੱਚ ਫਰਕ ਰਹੇਗਾ ਹਾਂਜੀ ਇਸ ਤੋਂ ਬਾਅਦ 115 ਇਹ ਤਾਂ ਦੇਖੋ ਪੈਟਰਨ ਨੂੰ ਕੰਪਲੀਟ ਹੀ ਕਰਨਾ ਹੈ 1 ਕਿਹਦਾ ਵਰਗ ਬਣ ਰਿਹਾ 1 ਦਾ 4 2 ਦਾ ਵਰਗ ਹੈ 9 3 ਦਾ ਵਰਗ ਹੈ 16 4 ਦਾ ਵਰਗ ਹੈ 25 5 ਦਾ ਵਰਗ ਹੈ 36 6 ਦਾ ਵਰਗ ਹੈ ਹੁਣ ਦੱਸੋ ਅੱਗੇ ਕਿਹਦਾ ਵਰਗ ਬਣੂਗਾ ਨੇਚਰਲੀ 7 ਦਾ 7 ਦਾ ਵਰਗ ਕਿੰਨਾ ਹੁੰਦਾ ਹੈ 49 ਕਿੰਨਾ ਆਸਾਨ ਸੀ ਇਸ ਤੋਂ ਬਾਅਦ ਆnderji 116 ਕਹਿੰਦਾ ਹਾਊ ਕੈਨ ਅ ਟੀਚਰ ਹੈਲਪ ਸਟੂਡੈਂਟ ਟੂ ਜਨਰਲਾਈਜ਼ ਮੈਥੈਮੈਟਿਕਲ ਐਕਸਪੀਰੀਐਂਸਸ ਬੱਚਿਆਂ ਦੀ ਇੱਕ ਅਧਿਆਪਕ ਕਿਵੇਂ ਮਦਦ ਕਰ ਸਕਦਾ ਹੈ ਉਹ ਹਿਸਾਬ ਦੇ ਤਜਰਬੇ ਨੂੰ ਸੁਧਾਰਨਿਆ ਕਰਨਾ ਸਿੱਖਣ ਦੇ ਲਈ ਹੁਣ ਦੇਖੋ ਟੀਚਰ ਸਟੂਡੈਂਟ ਨੂੰ ਜਨਰਲਾਈਜ਼ ਕਰਨ ਦੇ ਵਿੱਚ ਹੈਲਪ ਕਰ ਰਿਹਾ ਤਾਂ ਟਾਈਮ ਨੂੰ ਸੇਵ ਨੂੰ ਧਿਆਨ ਚ ਰੱਖਦੇ ਹੋਏ ਮੈਂ ਤਾਂ ਸਿੱਧੇ ਹੀ ਇਸ ਦਾ ਆਨਸਰ ਹੈ ਜਿਹੜਾ ਸਮਝਾ ਦੇਣਾ ਹੈ ਇਸ ਦੀ ਆਪਸ਼ਨ ਆਏਗੀ ਬੀ ਕਹਿੰਦਾ ਕੀ ਮਤਲਬ ਹੈ ਸਭ ਤੋਂ ਪਹਿਲਾਂ ਦੇ ਆਪ ਕੀ ਕਰੂਗਾ ਇਨਵੈਸਟੀਗੇਟ ਕਰੂਗਾ ਕੀਸ ਖਾਊਗਾ ਵੇਹ ਦੇਖੋ ਵੀ ਗਲਤੀ ਕਿੱਥੇ ਆ ਜਾਂ ਇੱਕ ਸਵਾਲ ਨੂੰ ਅਸੀਂ ਕਿਵੇਂ ਹੱਲ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਕੀ ਕਰੂਗਾ ਖੋਜ ਕਰਦਾ ਫਿਰ ਉਸ ਤੋਂ ਬਾਅਦ ਰੂਲਸ ਲੱਭਦਾ ਕਿਹੜੇ ਰੂਲਸ ਨਾਲ ਉਸ ਸਵਾਲ ਨੂੰ ਆਪਾਂ ਹੱਲ ਕਰ ਸਕਦੇ ਆ ਆਇਡੈਂਟੀਫਾਈ ਕਰ ਸਕਦੇ ਆ ਲੱਭਦਾ ਲੱਭਣ ਤੋਂ ਬਾਅਦ ਫਿਰ ਉਹਨਾਂ ਰੂਲਸ ਨੂੰ ਕੀ ਕਰੂਗਾ ਉਹ ਜਨਰਲਾਈਜ਼ ਕਰੂਗਾ ਐਕਸਟੈਂਡ ਕਰੂਗਾ ਵਿਸਥਾਰਨ ਇਸ ਵਾਂ ਨੂੰ ਲੱਭ ਕੇ ਸਾਹਮਣੇ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰੂਗਾ ਤੇ ਇਸ ਦਾ ਰਾਈਟ ਆਨਸਰ ਸਾਡਾ ਕੀ ਆਣਾ ਹੈ ਡੀ ਆ ਹਾਂਜੀ ਅਗਲਾ ਕਹਿੰਦਾ ਵਾਈਲ ਮਲਟੀਪਲਾਈਂਗ -3 -7 ਰਾਜਾ ਆਨਸਰਸ -21 ਬੈਸੇ ਦੇਖੋ ਜੇ -3 ਨੂੰ -7 ਨਾਲ ਮਲਟੀਪਲਾਈ ਕਰਦੇ ਆ ਕਿੰਨਾ ਆਦਾ 21 ਪਲੱਸ ਆਉਂਦਾ ਪਰ ਇੱਥੇ ਬੱਚਾ ਕੀ ਕਹਿ ਰਿਹਾ -21 ਆ ਰਿਹਾ ਤਾਂ ਆਪਾਂ ਨੇ 에ਰਰ ਲੱਭਣੀ ਆ ਵੀ ਉਹਦੀ ਗਲਤੀ ਕਿੱਥੇ ਹੋ ਰਹੀ ਆ ਤਤਿਆ ਨ ਦੇਖੋ ਰਾਜ ਹੈ ਇਸ ਨੋਟ ਕਲੀਅਰ ਅਬਾਊਟ ਡਿਵੀਜ਼ਨ ਆਫ ਇੰਟੀਜਰ ਦੇਖੋ ਡਿਵੀਜ਼ਨ ਤਾਂ ਇੱਥੇ ਹੈ ਹੀ ਨਹੀਂ ਇੱਥੇ ਹੈ ਹੀ ਹੈ ਜਿਹੜਾ ਆਪਣੇ ਕੋਲੇ ਗੁਣਾ ਹੈਗੀ ਤਾਂ ਪਹਿਲੀ ਤਾਂ ਆਪਸ਼ਨ ਹੈ ਹੀ ਨਹੀਂ ਅਨਸਰ ਵਿੱਚ ਦੂਜੀ ਕੀ ਕਹਿੰਦਾ ਰਾਜ ਹੈਜ਼ ਨੋਟ ਅੰਡਰਸਟੂਡ ਦਾ ਕਨਸੈਪਟ ਆਫ ਮਲਟੀਪਲੀਕੇਸ਼ਨ ਆਫ ਇੰਟੀਜਰ ਵੀ ਰਾਜੇ ਨੂੰ ਗੁਣਾ ਕਰਨ ਦੇ ਸੰਕਲਪ ਦੀ ਵਿੱਚ ਸਮਝ ਨਹੀਂ ਹੈ ਤਾਂ ਇੱਥੇ ਅਨਸਰ ਕਿੰਨਾ ਆਏਗਾ ਬੀ ਜੋ ਹੈ ਇਥੇ ਰਾਈਟ ਆਨਸਰ ਹੋਏਗਾ ਅਗਲਾ 118 ਕਹਿੰਦਾ ਵੈਨ ਰੋਹਿਤ ਐਡ ਟੂ ਨੰਬਰਸ ਔਨ ਪੇਪਰ ਹੀ ਗੈਟ One, zero, 102 ਜਦੋਂ ਰੋਹਿਤ ਦੋ ਨੰਬਰਾਂ ਨੂੰ ਜਮ੍ਹਾਂ ਕਰਦਾ ਹੈ ਕਾਗਜ਼ ਦੇ ਉੱਪਰ ਲਿਖ ਕੇ ਤਾਂ ਉਹਦਾ ਜੋੜ ਆਉਂਦਾ ਹੈ 102 ਬਟ ਵੈਨ ਹੀ ਡਸ ਇਟ ਔਰਲੀ ਜਦੋਂ ਉਹ ਆਪਣੇ ਮਨ ਵਿੱਚ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦਾ ਜੋੜ ਕਿੰਨਾ ਆਉਂਦਾ ਹੈ 30 ਆਉਂਦਾ ਹੈ ਤਾਂ ਦੱਸੋ ਕਹਿੰਦਾ ਵੀ ਕਿੱਥੇ ਉਸ ਦੀ 에ਰਰ ਹੈ ਜਿਹੜੀ ਹੋ ਸਕਦੀ ਆ ਹੁਣ ਥਿਆਨ ਦੇਖੋ ਪਹਿਲੇ ਕੀ ਕਹਿੰਦਾ ਹੈ ਹੀ ਡਸ ਨਾਟ ਨੋ ਹਾਊ ਟੂ ਐਡੀਸ਼ਨ ਇੱਕ ਤਾਂ ਉਹ ਕਹਿੰਦਾ ਜੋੜ ਕਰਨਾ ਨਹੀਂ ਆਂਦਾ ਚਲੋ ਦੂਜਾ ਕੀ ਕਹਿੰਦਾ ਹੈ ਹੀ ਹੈਜ਼ ਕਨਫਿਊਜ਼ਨ ਇਨ ਪਲੇਸ ਵੈਲਿਊ ਸਿਸਟਮ ਜੈਸ ਉਹਨੂੰ ਪਲੇਸ ਵੈਲਿਊ ਸਥਾਨੀ ਸਿਸਟਮ ਦੇ ਬਾਰੇ ਸਮਝ ਨਹੀਂ ਹੈਗੀ ਤਾਂ ਇਹਦਾ ਬੀ ਹੈ ਜਿਹੜਾ ਇੱਥੇ ਰਾਈਟ ਆਨਸਰ ਹੈ ਜਿਹੜਾ ਬਣੇਗਾ ਹਾਂਜੀ 119 ਕਹਿੰਦਾ ਹਾਊ ਕੈਨ ਅ ਟੀਚਰ ਵਰਕ ਟਵਰਡ ਦਾ ਮਿਸਕਨਸੈਪਸ਼ਨਸ ਆਫ ਅ ਸਟੂਡੈਂਟ ਫੋਰ ਅ ਕਨਸੈਪਟ ਇਨ ਮੈਥਮੈਟਿਕਸ ਇੱਕ ਅਧਿਆਪਕ ਕਿਵੇਂ ਇੱਕ ਬੱਚੇ ਦੇ ਹਿਸਾਬ ਦੇ ਸੰਕਲਪ ਵਿੱਚ ਬੇਸਮਝੀ ਤੇ ਕੰਮ ਕਰ ਸਕਦਾ ਹੈ ਕਿਵੇਂ ਤਰ੍ਹਾਂ ਸੇ ਕਰ ਸਕਦੇ ਆਪਾਂ ਉਹ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਕਹਿੰਦਾ ਇਗਨੋਰਿੰਗ ਦਾ ਚਾਈਲਡ Who has developed means conception ਸਭ ਤੋਂ ਪਹਿਲਾਂ ਕੀ ਹੈ ਕਹਿੰਦਾ ਵੀ ਅਧਿਆਪਕ ਜਿਹੜਾ ਬੱਚਾ ਬੇਸਮਝੀ ਕਰਦਾ ਉਹਦੇ ਵੱਲ ਧਿਆਨ ਹੀ ਨਹੀਂ ਦਵੇ ਇਹ ਤਾਂ ਹੋਈ ਨਹੀਂ ਸਕਦਾ ਫਿਰ ਟੀਚਰ ਬਣਨ ਦਾ ਫਾਇਦਾ ਕੀ ਆਪਾਂ ਨੂੰ ਦੂਜਾ ਅੰਡਰਸਟੈਂਡਿੰਗ ਚਾਈਲਡਰ ਰੀਜ਼ਨਿੰਗ ਟਵਰਡ ਦਾ ਕਨਸੈਪਟ ਐਂਡ ਦੈਨ ਫੈਸਿਲਿਟੇਟਿੰਗ ਹਰ ਅਕੋਰਡਿੰਗ ਸਭ ਤੋਂ ਪਹਿਲਾਂ ਕੀ ਕਰੂਗਾ ਵੀ ਅਧਿਆਪਕ ਜਿਹੜਾ ਉਹ ਸੰਕਲਪ ਨੂੰ ਸਮਝੂਗਾ ਜਾਨੂਗਾ ਫਿਰ ਉਸ ਦੇ ਹਿਸਾਬ ਨਾਲ ਕੰਮ ਕਰੂਗਾ ਇਹ ਕੁਸ਼ਾਦ ਤੱਕ ਠੀਕ ਲੱਗ ਰਿਹਾ ਅੱਗੇ ਕੀ ਕਹਿੰਦਾ ਗਿਵਿੰਗ ਵਰਕਸ਼ੀਟਸ ਐਂਡ ਫੋਕਸਿੰਗ ਔਨ ਪ੍ਰੋਸੀਜਰ ਟੂ ਸੋਲਵ ਪ੍ਰੋਬਲਮਸ ਇਹ ਵੀ ਕੁਛ ਹੱਦ ਤੱਕ ਠੀਕ ਹੈ ਅੱਗੇ ਪ੍ਰੋਵਾਈਡਿੰਗ ਰਿਮੈਡੀਅਲ ਕਲਾਸਿਸ ਟੂ ਦਾ ਸਟੂਡੈਂਟਸ ਹੁਣ ਜੇ ਆਪਾਂ ਇਹਨਾਂ ਤਿੰਨਾਂ ਨੂੰ ਧਿਆਨ ਚ ਦੇਖੀਏ ਸਭ ਤੋਂ ਪਹਿਲਾਂ ਬੱਚੇ ਨੂੰ ਤਾਂ ਸਾਡੇ ਮਿਸਕਨਸੈਪਸ਼ਨਸ ਹੋ ਰਹੀਆਂ ਨੇ ਗਲਤੀਆਂ ਹੋ ਰਹੀਆਂ ਨੇ ਤਾਂ ਉਹਨੂੰ ਆਪਾਂ ਵਰਕਸ਼ੀਟਾਂ ਤਾਂ ਨਹੀਂ ਦਿੰਦੇ ਪਹਿਲਾਂ ਨਾ ਉਸ ਦੀ ਰਿਮੈਡੀਅਲ ਕਲਾਸ ਲਗਾਵਾਂਗੇ ਇਹ ਤਾਂ ਬਾਅਦ ਦੀ ਗੱਲ ਆ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਪਊਗਾ ਕਿ ਬੱਚੇ ਨੂੰ ਕਿੱਥੇ ਕਨਸੈਪਟ ਜਿਹੜੇ ਕਲੀਅਰ ਨਹੀਂ ਹੋ ਰਿਹਾ ਉਸ ਦੇ ਹਿਸਾਬ ਨਾਲ ਆਪਾਂ ਅੱਗੇ ਤਰਕ ਲਗਾਵਾਂਗੇ ਕਿ ਇਹਨੂੰ ਵਰਕਸ਼ੀਟਾਂ ਦੇਣੀਆਂ ਨੇ ਐਕਸਟਰਾ ਕਲਾਸ ਨੂੰ ਕਰੰਗਿਆ ਤਾਂ ਉਹਦੇ ਹਿਸਾਬ ਨਾਲ ਸਾਡਾ ਜਿਹੜਾ B ਹੈ ਇੱਥੇ ਰਾਈਟ ਆਨਸਰ ਬਣੇਗਾ ਅਗਲਾ which is the most important reason for a math teacher to enroll himself in a scientific body or organization ਇਹਨ ਵਿੱਚ ਕਿਹੜਾ ਸਭ ਤੋਂ ਵਾਤਵੰਤ ਕਾਰਨ ਹੈ ਕਿ ਹਿਸਾਬ ਦੇ ਦੇ ਅਧਪਕ ਨੂੰ ਸਾਇੰਟਿਫਿਕ ਵਿਗਿਆਨਿਕ ਬੋਡੀ ਜਾਂ ਫਿਰ ਕਿਸੇ ਸਾਇੰਟਿਫਿਕ ਸੰਸਥਾ ਨਾਲ ਜੁੜਨਾ ਚਾਹੀਦਾ ਕਿਉਂ ਜੁੜਨਾ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਕੀ ਕਹਿੰਦਾ ਟੂ ਬੀ ਅਪਡੇਟਡ ਐਂਡ ਦਾ ਲੇਟੈਸਟ ਰਿਸਰਚਡ ਐਂਡ ਟ੍ਰੈਂਡ ਇਨ ਦਾ ਫੀਲੋ ਮੈਥਮੈਟਿਕਸ ਇਹਦਾ ਨ ਕੀ ਆ ਬਿਜੇ ਜੋ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਨਾਲ ਜੁੜੂਗਾ ਤਾਂ ਉਹ ਹਿਸਾਬ ਦੇ ਖੇਤਰ ਵਿੱਚ ਜਿੰਨੇ ਵੀ ਅਧੁਨਿਕ ਖੋਜਾਂ ਵਗੈਰਾ ਹੋਣਗੀਆਂ ਉਹਨਾਂ ਬਾਰੇ ਉਹ ਜਾਣਕਾਰ ਬਣੂਗਾ ਉਹਦੀ ਨੋਲੇਜ ਦੇ ਵਿੱਚ ਵਾਧਾ ਹੋਊਗਾ ਠੀਕ ਲੱਗ ਰਿਹਾ ਅੱਗੇ ਟੂ ਮੇਕ ਐਨ ਇਮਪ੍ਰੈਸ਼ਨ ਔਨ ਸਕੂਲ ਐਡਮਿਨਿਸਟ੍ਰੇਸ਼ਨ ਬਿਜੇ ਕਰੂਗਾ ਸਕੂਲ ਐਡਮਿਨਿਸਟ੍ਰੇਸ਼ਨ ਦੇ ਉੱਪਰ ਆਪਦਾ ਪ੍ਰਭਾਵ ਪਾਊਗਾ ਨਹੀਂ ਇਹ ਤਾਂ ਬਿਲਕੁਲ ਨਹੀਂ ਟੂ ਹੈਵ ਐਨ ਇੰਟਰਨੈਸ਼ਨਲ ਲਿੰਕੇਜ ਇਨ ਦਾ ਫੀਲ ਔਫ ਮੈਥਮੈਟਿਕਸ ਅੰਤਰਰਾਸ਼ਟਰੀ ਪੱਧਰ ਤੇ ਹਿਸਾਬ ਦੇ ਸਬੰਧ ਬਣਾਊਗਾ ਅੱਗੇ ਟੂ ਹੈਵ ਕੁਇਕ ਪ੍ਰੋਮੋਸ਼ਨਸ ਬੋ ਜਲਦੀ ਤਰੱਕੀ ਹੋ ਜੂਗੀ ਨਹੀਂ ਇਹ ਕਿਤੇ ਵੀ ਇੰਨੇ ਟੁਕਮੇ ਨਹੀਂ ਬਣ ਰਹੇ ਤਾਂ ਦੇਖੋ ਸਭ ਤੋਂ ਪਹਿਲਾਂ ਕੀ ਇੱਕ ਟੀਚਰ ਦਾ ਕੰਮ ਕੀ ਹੈ ਆਪਦੇ ਸਬਜੈਕਟ ਦੇ ਵਿੱਚ ਮਹਾਰਤ ਹਾਸਲ ਕਰਨਾ ਜੇ ਮਹਾਰਤ ਹਾਸਲ ਕਦੋਂ ਕਰੂਗਾ ਜਦੋਂ ਹੋਂ ਨਵੇਂ ਨਵੇਂ ਲਿਟਰੇਚਰ ਪੜੂਗਾ ਨਵੇਂ ਨਵੇਂ ਸੈਮੀਨਾਰ ਕੰਡਕਟ ਕਰੂਗਾ ਜਰਨਲ ਵਿੱਚ ਪਾਰਟਿਸਿਪੇਟ ਕਰੂਗਾ ਇਸ ਤੋਂ ਇਲਾਵਾ ਨਵੇਂ ਨਵੇਂ ਆਰਗੇਨਾਈਜੇਸ਼ਨਸ ਦੇ ਵਿੱਚ ਪਾਰਟਿਸਿਪੇਟ ਕਰਕੇ ਆਪਦੇ ਵੀ ਲਿਟਰੇਚਰ ਨੇ ਜਿਹੜੇ ਆਪਦੇ ਥੀਸਿਸ ਵਗੈਰਾ ਸਮਿਟ ਕਰਦਾ ਹੈ ਉਹ ਜ਼ਿਆਦਾ ਟੁਕਮਾ ਹੈ ਤਾਂ ਏ ਹੈ ਜਿਹੜਾ ਇੱਥੇ ਰਾਈਟ ਆਨਸਰ ਹੈ ਮੈਨੂੰ ਉਮੀਦ ਹੈ ਅੱਜ ਦੀ ਵੀਡੀਓ ਤੁਹਾਡੇ ਲਈ ਕਾਫੀ ਲਾਹੇਵੰਦ ਹੋਵੇਗੀ ਜੇ ਤੁਹਾਨੂੰ ਲੱਗਦਾ ਵੀ ਇਹ ਵੀਡੀਓ ਤੁਹਾਡਾ ਫਾਇਦਾ ਕਰੀਆ ਤਾਂ ਇਸ ਵੀਡੀਓ ਨੂੰ ਵੱਧੋ ਤਾਂ ਲਾਈਕ ਕਰ ਦੇਣਾ ਇਸ ਵੀਡੀਓ ਨੂੰ ਵੱਧੋਗਾ ਤੇ ਸ਼ੇਅਰ ਕਰ ਦੇਣਾ ਤਾਂਕਿ ਆਪਾਂ ਬਾਕੀਆਂ ਦਾ ਫਾਇਦਾ ਜਿਹੜਾ ਕਰ ਸਕੀਏ ਜਿਨ੍ਹਾਂ ਨੇ ਹਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਔਰ ਜੋ ਇੱਥੇ ਵੈਲ ਆਈਕਨ ਦਾ ਬਟਨ ਆਏਗਾ ਇਸ ਨੂੰ ਪ੍ਰੈਸ ਕਰ ਲੈਣਾ ਭੁੱਲਣਾ ਤਾਂਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੀ ਰਹੇ ਅੱਜ ਦੀ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਸ ਫੋਰ But